ਪੰਜਾਬੀ ਦੇਖਣ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਜੀ ਤੁਹਾਡਾ ਅੱਜ ਦੇ ਇਸ ਖਾਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਖਾਸ ਲਾਈਵ ਸ਼ੋਅ ਤੁਹਾਡੇ ਵਾਸਤੇ ਇਹ ਉਲੀਕਿਆ ਗਿਆ ਜੀ ਤਾਂ ਕਿ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਹੁਣ ਸੰਡੇ ਨੂੰ ਵਿਹਲੇ ਹੋ ਕੇ ਗੁਰੂ ਘਰ ਤੋਂ ਅਤੇ ਗਰੋਸਰੀ ਵਗੈਰਾ ਦੀ ਸ਼ੋਪਿੰਗ ਕਰਕੇ ਅਤੇ ਘਰ ਬੈਠੇ ਤੁਸੀਂ ਆਰਾਮ ਨਾਲ ਟੀ ਵੀ ਦੇਖ ਰਹੇ ਹੋਵੋਗੇ। ਅਤੇ ਅੱਜ ਦੇ ਲਾਈਵ ਸ਼ੋਅ ਦੀ ਖਾਸੀਅਤ ਇਹ ਹੈ ਕਿ ਸਿਆਣੇ ਕਹਿੰਦੇ ਜੀ ਬਾਕੀ ਦਾ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸਿਹਤ ਜ਼ਰੂਰੀ ਰੱਖਣ ਵਾਸਤੇ ਜਿੱਥੇ ਸਾਨੂੰ ਆਪਣੇ ਕੰਮਕਾਰ, ਆਪਣੀ ਐਕਸਰਸਾਈਜ਼, ਆਪਣੀ ਦਿਨਚਰਿਆ ਜਿਹੜੀ ਹੈ ਉਹ ਵਧੀਆ ਬਣਾਉਣੀ ਪੈਂਦੀ ਹੈ, ਉੱਥੇ ਹੀ ਸਿਹਤ ਨੂੰ ਜ਼ਰੂਰੀ ਰੱਖਣ ਵਾਸਤੇ ਸਾਡਾ ਖਾਣ ਪੀਣ ਜਾਂ ਸਾਨੂੰ ਕਿਸੇ ਨਾ ਕਿਸੇ ਦਵਾਈਆਂ ਦੀ ਵੀ ਜ਼ਰੂਰਤ ਪੈਂਦੀ ਹੈ। ਔਰ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਦਵਾਈ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ, ਉਹ ਕਿਸੇ ਵੈਸੇ ਕਿਸੇ ਖਾਣੇ ਨਾਲ ਵੀ ਉਹ ਚੀਜ਼ ਪੂਰੀ ਹੋ ਸਕਦੀ ਹੈ, ਪਰ ਅਸੀਂ ਉਹ ਦਵਾਈ ਮੱਲੋ ਮੱਲੀ ਖਾ ਲੈਂਦੇ ਤਾਂ ਕਈ ਵਾਰੀ ਉਹ ਨੁਕਸਾਨ ਕਰ ਦਿੰਦੀ ਹੈ। ਅੱਜ ਦਾ ਸਾਡਾ ਲਾਈਵ ਸ਼ੋਅ ਕਰਨ ਦਾ ਮਕਸਦ ਇਹ ਹੈ ਕਿ ਸਾਡੀ ਸਿਹਤ ਬਾਰੇ ਕੁਝ ਗੱਲਾਂ ਜੋ ਕਿ ਸਾਡੇ ਵਾਸਤੇ ਖਾਸ ਤੌਰ 'ਤੇ ਭਾਰਤ ਤੋਂ, ਪੰਜਾਬ ਤੋਂ, ਜਿੱਥੇ ਇਹਨਾਂ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਨੇ, ਮੇਰੇ ਖਿਆਲ ਸੈਂਕੜਿਆਂ ਦੇ ਹਿਸਾਬ ਨਾਲ ਉੱਥੇ ਬ੍ਰਾਂਚਾਂ ਨੇ ਇਹਨਾਂ ਦੀਆਂ, ਇਉਂ ਕਹਿ ਲਓ ਅੰਬੈਸਡਰ ਆਫ ਆਯੁਰਵੈਦਾ ਦੇ ਜਿਹੜੇ ਡਾਕਟਰ ਨੇ ਤੁਸੀਂ ਜਿਨ੍ਹਾਂ ਨੂੰ ਅਕਸਰ ਜਸ ਪੰਜਾਬੀ 'ਤੇ ਦੇਖਦੇ ਰਹਿੰਦੇ ਹੋ, ਇੰਡੀਆ ਤੋਂ ਪ੍ਰੋਗਰਾਮ ਇਹ ਕਰਦੇ ਹੁੰਦੇ ਨੇ, ਪਰ ਅੱਜ ਸਾਡੇ ਕੋਲ ਇਹ ਕੈਲੀਫੋਰਨੀਆ ਦੇ ਵਿੱਚ ਆਏ ਸੀ ਇੱਕ ਇੰਡੋ ਅਮੈਰੀਕਨ ਹੈਲਥ ਵੈਲਨੈਸ ਐਗਜੀਬਿਸ਼ਨ ਜਿਹੜੀ ਉਹਦੇ ਵਾਸਤੇ ਸਪੈਸ਼ਲ ਆਏ ਹੋਏ ਨੇ, ਤਾਂ ਅਸੀਂ ਫਿਰ ਫਟਾਫਟ ਗੱਡੀਆਂ ਭਜਾਈਆਂ ਸੈਕਰਾਮੈਂਟੋ ਤੋਂ ਪਹੁੰਚ ਗਏ ਅਸੀਂ ਸੈਂਟਾ ਕਲਾਰਾ ਕਿ ਤਾਂ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਤੁਹਾਡੀਆਂ ਜੋ ਸਮੱਸਿਆਵਾਂ ਨੇ, ਤੁਹਾਡੀ ਜੋ ਸਿਹਤ ਦੀ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਗੱਲਬਾਤ ਕਰ ਸਕੀਏ। ਸੋ ਤੁਸੀਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਡਾਕਟਰ ਨਵਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਔਰ ਬੜਾ ਅੱਛਾ ਲੱਗ ਰਿਹਾ ਵਾ ਅੱਜ ਕਿ ਰੂਟੀਨ 'ਚ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਇੰਡੀਆ ਤੋਂ, ਅਤੇ ਅੱਜ ਮੈਂ ਤੁਹਾਡੇ ਆਪਣੇ ਦੇਸ਼ ਅੰਦਰ ਇੱਥੇ ਮੌਜੂਦ ਹਾਂ। ਬੜਾ ਚੰਗਾ ਲੱਗੇਗਾ ਜਿਹੜੇ ਵੀ ਤੁਹਾਡੇ ਸਵਾਲ ਨੇ ਮਨ ਦੇ ਤੁਸੀਂ ਪੁੱਛੋ, ਲਾਈਵ ਪ੍ਰੋਗਰਾਮ ਸਾਡਾ ਚੱਲ ਰਿਹਾ ਵਾ ਔਰ ਕੋਸ਼ਿਸ਼ ਰਹੇਗੀ ਕਿ ਆਪਾਂ ਆਯੁਰਵੇਦ ਦੇ ਰਾਹੀਂ ਜਿਹੜੀਆਂ ਵੀ ਗੱਲਾਂ ਦੱਸ ਸਕੀਏ ਜਿਹੜੀਆਂ ਕਿ ਸਿਹਤ ਵਾਸਤੇ ਚੰਗੀਆਂ ਹੋਣ ਉਹ ਤੁਹਾਨੂੰ ਦੱਸੀਏ। ਅੱਛਾ ਡਾਕਟਰ ਸਾਹਿਬ, ਵੈਸੇ ਜਿੰਨੇ ਕੁ ਕੈਲੀਫੋਰਨੀਆ ਦੇ ਕਹਿ ਲਈਏ, ਚਾਹੇ ਅਸੀਂ ਈਸਟ ਕੋਸਟ ਦੇ ਲੋਕ ਕਹਿ ਲਈਏ, ਤੁਸੀਂ ਕੈਲੀਫੋਰਨੀਆ ਦੇ ਵਿੱਚ ਆਏ ਹੋ ਹੁਣ, ਤੁਹਾਡੀ ਇੱਥੇ ਐਗਜੀਬਿਸ਼ਨ ਚੱਲ ਰਹੀ ਹੈ ਜਿਹੜੀ ਹੁਣ ਲਗਾਤਾਰ, ਅੱਜ ਵੀ ਤੁਸੀਂ, ਤੁਹਾਨੂੰ ਉਹਦੇ ਵਿੱਚੋਂ ਅਸੀਂ ਇੱਥੇ ਲੈ ਕੇ ਆਏ ਹਾਂ ਲਾਈਵ ਸਾਡੇ ਦਰਸ਼ਕਾਂ ਵਾਸਤੇ, ਅਤੇ ਟੀ ਵੀ 'ਤੇ ਤੁਹਾਡਾ ਪ੍ਰੋਗਰਾਮ ਪਹਿਲਾਂ ਆਉਂਦਾ ਅਤੇ ਲੋਕ ਫਿਰ ਪਛਾਣ ਲੈਂਦੇ ਹੋਣੇ ਜੀ ਉਹੀ ਡਾਕਟਰ ਸਾਹਿਬ ਨੇ। ਬਿਲਕੁਲ ਜੀ ਬਿਲਕੁਲ, ਜਸ ਟੀ ਵੀ ਮੈਨੂੰ ਇੱਥੇ ਆ ਕੇ ਹੋਰ ਪਤਾ ਚੱਲਿਆ ਵਾ ਕਿ ਵਾਕਈ ਜਸ ਟੀ ਵੀ ਜਿਹੜਾ ਵਾ ਇੱਥੋਂ ਦਾ ਸਭ ਤੋਂ ਪਾਪੂਲਰ ਚੈਨਲ ਹੈ ਜੀ। ਉਹਦਾ ਕਾਰਨ ਹੈ ਮੈਂ ਗੁਰਦੁਆਰਾ ਸਾਹਿਬ ਤੋਂ ਆਪਣੀ ਸ਼ੁਰੂਆਤ ਕੀਤੀ, ਮੈਂ ਜਿਸ ਦਿਨ ਇੱਥੇ ਲੈਂਡ ਕੀਤਾ ਵਾਂ, ਮੇਰੀ ਕੋਸ਼ਿਸ਼ ਸੀ ਕਿ ਹਰ ਚੰਗਾ ਕੰਮ ਜਿਹੜਾ ਉਹਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੋਣੀ ਚਾਹੀਦੀ ਹੈ। ਮੈਂ ਮੱਥਾ ਟੇਕਣ ਉੱਥੇ ਗਿਆ ਸੀ, ਇੱਕ ਛੋਟਾ ਜਿਹਾ ਕੈਂਪ ਕੀਤਾ ਉੱਥੇ, ਅਤੇ ਕਾਫੀ ਸਾਰੇ ਲੋਕ ਸੀ ਜਿਨ੍ਹਾਂ ਨੇ ਪਛਾਣਿਆ ਜੀ ਕਿ ਵਾਕਈ ਜਸ ਅੰਦਰ ਆਪਾਂ ਦੇਖਦੇ ਹਾਂ ਰੂਟੀਨ 'ਚ। ਅੱਛਾ, ਮੈਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਤੁਸੀਂ ਲਾਈਵ ਕਾਲ ਕਰਕੇ ਜਿਹੜਾ ਕੈਲੀਫੋਰਨੀਆ ਤੋਂ ਮੈਂ ਪ੍ਰੋਗਰਾਮ ਕਰਦਾ ਉਹਦੇ ਵਿੱਚ ਜਿਹੜਾ ਨੰਬਰ ਆਉਂਦਾ 844-344-1300 ਲਾਈਵ ਕਾਲ ਕਰਕੇ ਸਕਰੀਨ 'ਤੇ ਵੀ ਨੰਬਰ ਆ ਰਿਹਾ ਹੋਏਗਾ ਅਤੇ ਤੁਸੀਂ ਕਾਲ ਕਰਕੇ ਡਾਕਟਰ ਸਾਹਿਬ ਕੋਲ ਕੋਈ ਵੀ ਸਵਾਲ ਤੁਹਾਡਾ ਹੈਗਾ ਉਹ ਕਰ ਸਕਦੇ। ਡਾਕਟਰ ਸਾਹਿਬ, ਤੁਹਾਡੀ ਉਮਰ ਕੋਈ ਜ਼ਿਆਦਾ ਨਹੀਂ ਲੱਗਦੀ, ਪਹਿਲਾਂ ਤਾਂ ਮੈਨੂੰ ਪ੍ਰਭਾਵ ਇਹ ਪੈਂਦਾ ਸੀ ਵੀ ਇਹ ਡਾਕਟਰ ਸਾਹਿਬ ਘੱਟ ਲੱਗਦੇ, ਬੰਬੇ ਦੇ ਫਿਲਮੀ ਹੀਰੋ ਜ਼ਿਆਦਾ ਲੱਗਦੇ ਨੇ। ਅਤੇ ਜਿਹੜੀ ਤੁਹਾਡੀਆਂ ਮੈਂ ਗੱਲ ਕਰਾਂ ਤੁਹਾਡੀਆਂ ਪ੍ਰਾਪਤੀਆਂ ਦੀ, ਤੁਸੀਂ PhD ਆਯੁਰਵੈਦ ਦੇ ਵਿੱਚ ਕੀਤੀ ਹੋਈ ਹੈ, ਤੁਹਾਡਾ ਬਹੁਤ ਵੱਡਾ ਨੈੱਟਵਰਕ ਭਾਰਤ ਦੇ ਵਿੱਚ ਹੈਗਾ, ਮੇਰੇ ਖਿਆਲ ਕੋਈ ਸਟੇਟ ਐਸੀ ਨਹੀਂ ਹੋਣੀ ਜਿੱਥੇ ਤੁਹਾਡਾ ਨੈੱਟਵਰਕ ਨਹੀਂ ਹੈ। ਇਹਦੀ ਸ਼ੁਰੂਆਤ ਕਿੱਥੋਂ ਹੋਈ, ਤੁਹਾਡਾ ਇੱਧਰ ਇੰਟਰਸਟ ਕਿਵੇਂ ਪਿਆ ਅਤੇ ਇੰਨੀ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਵੱਡਾ ਦਾਇਰਾ ਤੁਸੀਂ ਕਿਵੇਂ ਕਵਰ ਕੀਤਾ? ਦੇਖੋ ਜੀ, ਮਾਲਕ ਦੀ ਦਇਆ ਹੈ, ਗੁਰੂ ਨਗਰੀ ਅੰਮ੍ਰਿਤਸਰ ਦੇ ਅੰਦਰ ਮੇਰਾ ਜਨਮ ਹੋਇਆ ਜੀ ਔਰ ਮੈਂ ਕੰਮ ਦੀ ਸ਼ੁਰੂਆਤ ਉੱਥੋਂ ਹੀ ਕੀਤੀ। ਸ਼ੁਰੂਆਤ 'ਚ ਜਦੋਂ ਮੈਂ ਆਪਣੀ ਡਿਗਰੀ ਕਰ ਰਿਹਾ ਸੀ ਜੀ, ਕੋਸ਼ਿਸ਼ ਸੀ ਕਿ ਹਰ ਦਵਾਈ ਆਪਣੇ ਹੱਥੀਂ ਬਣਾ ਕੇ ਮਰੀਜ਼ਾਂ ਨੂੰ ਦਿੱਤੀ ਜਾਵੇ। ਫਸਟ ਪ੍ਰੋਫ ਸੀ ਜਦੋਂ ਮੇਰੇ BMS ਦਾ, ਉਦੋਂ ਤੋਂ ਹੀ ਮੈਂ ਦਵਾਈਆਂ ਤਿਆਰ ਕਰ ਰਿਹਾ। ਸਭ ਤੋਂ ਪਹਿਲੇ ਮੈਂ ਸੀਤੋਪਲਾ ਦੀ ਚੂਰਨ ਜਿਹੜਾ ਵਾ ਉਹ ਤਿਆਰ ਕੀਤਾ। ਕਿਹੜਾ ਜੀ? ਸੀਤੋਪਲਾ ਦੀ ਚੂਰਨ ਜੀ, ਇੱਕ ਬੜੀ ਕਾਮਨ ਜੀ ਦਵਾਈ ਹੈ ਜਿਹੜੀ ਕਿ ਜ਼ੁਕਾਮ ਵਗੈਰਾ ਵਾਸਤੇ ਕੰਮ ਆਉਂਦੀ ਹੈ। ਸਭ ਤੋਂ ਆਸਾਨ ਸੀ, ਸੱਚੀ ਗੱਲ ਹੈ, ਸੀ ਕਿ ਉਹਨੂੰ ਤਿਆਰ ਕਰਨਾ ਸਭ ਤੋਂ ਆਸਾਨ ਸੀ, ਤਾਂ ਸ਼ੁਰੂਆਤ ਉੱਥੋਂ ਕੀਤੀ। ਪਹਿਲੇ ਸੀਤੋਪਲਾ ਦੀ ਚੂਰਨ ਬਣਾਇਆ, ਫਿਰ ਇੱਕ ਤੋਂ ਬਾਅਦ ਇੱਕ ਦਵਾਈ ਜਿਹੜੀ ਮੈਂ ਤਿਆਰ ਕੀਤੀ ਆਪ। ਉਦੋਂ ਮਰੀਜ਼ ਜਿਹੜੇ ਨੇ ਮੈਂ ਆਪ ਉੱਥੇ ਦੇਖਦਾ ਸੀ ਅੰਮ੍ਰਿਤਸਰ ਅੰਦਰ, ਅੰਮ੍ਰਿਤਸਰ ਅੰਦਰ ਮਾਲਕ ਦੀ ਦਇਆ ਦੇ ਨਾਲ ਜਦੋਂ ਕੰਮ ਵਧਿਆ ਵੱਧਦੇ, ਫਿਰ ਉਸ ਤੋਂ ਬਾਅਦ ਆਪਾਂ ਚੰਡੀਗੜ੍ਹ 'ਚ ਸੈਂਟਰ ਖੋਲਿਆ, ਫਿਰ ਦਿੱਲੀ ਅੰਦਰ, ਫਿਰ ਬੈਂਗਲੋਰ 'ਚ, ਇਸ ਤਰ੍ਹਾਂ ਇੱਕ ਤੋਂ ਬਾਅਦ ਹੀ ਕਿਹੜੇ ਸੈਂਟਰਸ ਨੇ ਉਹ ਵੱਧਦੇ ਚਲੇ ਗਏ। ਕੋਸ਼ਿਸ਼ ਇੱਕ ਇਹੀ ਰਹੀ ਜੀ ਸ਼ੁਰੂਆਤ ਤੋਂ ਕਿ ਇੱਕ ਨੇਕ ਨੀਤੀ ਦੇ ਨਾਲ ਚੱਲਿਆ ਜਾਵੇ, ਕਿਉਂਕਿ ਅੱਜ ਅਗਰ ਆਪਾਂ ਹੈਲਥ ਕੇਅਰ ਸੈਕਟਰ ਦੀ ਗੱਲ ਕਰਦੇ ਹਾਂ ਜੀ, ਬਿਜ਼ਨਸ ਜ਼ਿਆਦਾ ਬਣ ਕੇ ਰਹਿ ਗਿਆ ਵਾ। ਮਰੀਜ਼ ਜਦੋਂ ਡਾਕਟਰ ਦੇ ਕੋਲ ਆਉਂਦਾ ਨਾ, ਤਾਂ ਡਾਕਟਰ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਮਰੀਜ਼ ਨੂੰ ਡਰਾ ਲਈਏ, ਡਰਾ ਕੇ ਜਿੰਨੀ ਵੱਧ ਤੋਂ ਵੱਧ ਦਵਾਈ ਸਾਡੇ ਕੋਲੋਂ ਲੈ ਕੇ ਜਾ ਸਕਦਾ ਵੈ ਉਹ ਲੈ ਜਾਵੇ। ਜਦਕਿ ਆਯੁਰਵੇਦ ਜਿਹੜਾ ਵੈ, ਆਯੁਰਵੇਦ ਦਾ ਕਹਿੰਦਾ ਸਵਸਥਸਯ ਸਵਾਸਥਯ ਰਕਸ਼ਨਮ,
ਮਤਲਬ ਸਵਸਥਸਯ ਸਵਸਥ ਰਕਸ਼ਣਮ ਨੂੰ ਆਯੁਰਵੇਦ ਨੇ ਪਹਿਲੀ ਤਵੱਜੋ ਦਿੱਤੀ ਹੈ ਕਿ ਅਗਰ ਇੱਕ ਬੰਦਾ ਹੈਲਦੀ ਹੈ ਨਾ ਜੀ, ਤੇ ਉਹਦੀ ਹੈਲਥ ਨੂੰ ਪਹਿਲੇ ਤੁਸੀਂ ਬਚਾਵ ਕਰੋ ਲਾਈਫ ਸਟਾਈਲ ਦੇ ਚੇਂਜਸ ਦੇ ਨਾਲ। ਆਪਣੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਕੋਸ਼ਿਸ਼ ਰਹੀ ਹੈ ਕਿ ਜੇ ਬੰਦਾ ਸਾਡੇ ਕੋਲ ਆਇਆ ਵਾ ਤਾਂ ਜ਼ਰੂਰੀ ਨਹੀਂ ਕਿ ਉਹਨੂੰ ਦਵਾਈ ਦੇ ਕੇ ਹੀ ਠੀਕ ਕਰਨਾ ਵਾ। ਬਹੁਤ ਸਾਰੇ ਮਰੀਜ਼ ਬਿਨਾਂ ਦਵਾਈ ਤੋਂ ਹੀ ਠੀਕ ਹੋ ਸਕਦੇ ਹੁੰਦੇ ਨੇ ਜੀ, ਨੋਰਮਲ ਨੁਕਤਿਆਂ ਦੇ ਨਾਲ, ਜਿਹੜੀਆਂ ਕਿ ਸਾਡੀਆਂ ਦਾਦੀਆਂ ਨਾਨੀਆਂ ਪੁਰਾਣੇ ਟਾਈਮ 'ਤੇ ਸਾਨੂੰ ਦੱਸਦੀਆਂ ਹੁੰਦੀਆਂ ਸੀ। ਆਪਣੀ ਵੀ ਉਹੀ ਕੋਸ਼ਿਸ਼ ਰਹਿੰਦੀ ਹੈ ਜੀ। ਅਤੇ ਪਰਿਵਾਰ ਦੇ ਵਿੱਚੋਂ ਡਾਕਟਰ ਸਾਹਿਬ ਸੀਗੇ ਕੋਈ ਪਹਿਲਾਂ, ਜਾਂ ਤੁਹਾਨੂੰ ਤੁਸੀਂ ਇੱਧਰ ਤੁਹਾਡਾ ਇੰਟਰਸਟ ਬਣਿਆ ਇੱਧਰ ਸਟੱਡੀ ਬਾਰੇ? ਦੇਖੋ ਜੀ, ਡੈਫੀਨੇਟਲੀ ਪਰਿਵਾਰ 'ਚ ਮੈਂ ਅਗਰ ਗੱਲ ਕਰਾਂ ਮੇਰੇ ਫਾਦਰ ਸਾਹਿਬ ਦੇ ਵਾਲੇ ਪਾਸਿਓਂ ਵੀ ਅਤੇ ਮੇਰੇ ਮਦਰ ਦੇ ਵਾਲੇ ਪਾਸਿਓਂ ਵੀ ਕਾਫੀ ਅੱਛੇ ਜਿਹੜੇ ਵੈਦ ਨੇ ਜਿਹੜੇ ਕਿ ਨਾੜੀ ਪ੍ਰੀਖਣ ਦੇਖਦੇ ਸੀ ਉਹ ਸੀ, ਲੇਕਿਨ ਨਾ ਹੀ ਮੇਰੇ ਪਾਪਾ ਨਾ ਹੀ ਮੇਰੇ ਮੰਮੀ, ਉਹਨਾਂ 'ਚੋਂ ਕੋਈ ਇਸ ਲਾਈਨ 'ਚ ਨਹੀਂ ਸੀ। ਵੈਸ ਕਰਕੇ ਮੈਨੂੰ ਸ਼ੁਰੂ ਤੋਂ ਫਿਰ ਦੁਬਾਰਾ ਤੋਂ ਸਾਰੀ ਚੀਜ਼ ਜਿਹੜੀ ਆ ਉਹ ਸਟਾਰਟ ਕਰਨੀ ਪਈ, ਲੇਕਿਨ ਸ਼ਾਇਦ ਉਸ ਕੁਦਰਤ ਨੇ ਜਿਹੜੇ ਪੂਰਵਜਾਂ ਦੀ ਮਿਹਨਤ ਸੀ ਉਹ ਵੀ ਮੇਰੀ ਝੋਲੀ ਪਾਈ, ਕਿ ਉਹਨਾਂ ਲਹਿ ਫਾਇਦਾ ਹੋਇਆ ਕਿ ਪਰਮਾਤਮਾ ਦੀ ਦਇਆ ਦੇ ਨਾਲ ਜਿੱਥੇ ਜਿੱਥੇ ਵੀ ਕੋਸ਼ਿਸ਼ ਕੀਤੀ ਰੱਬ ਨੇ ਚੰਗੀ ਸ਼ਫਾ ਬਖਸ਼ੀ ਅਤੇ ਮਰੀਜ਼ਾਂ ਨੂੰ ਵਧੀਆ ਰਿਜ਼ਲਟਸ ਮਿਲੇ ਜੀ। ਹੁਣ ਆਪਾਂ ਗੱਲ ਕਰੀਏ ਸਿਹਤ ਬਾਰੇ, ਜਿਹੜੀ ਕਿ ਅਕਸਰ ਅਸੀਂ ਅਮਰੀਕਾ ਕਨੇਡਾ ਦੀ ਗੱਲ ਕਰੀਏ, ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਅਤੇ ਪੰਜਾਬੀਆਂ ਨੂੰ ਇੱਧਰ ਆ ਕੇ ਕਾਫੀ ਚੀਜ਼ਾਂ ਨੇ ਘੇਰਿਆ ਹੋਇਆ ਹੈ। ਜੇ ਅਸੀਂ ਗੱਲ ਕਰੀਏ, ਇੱਕ ਤਾਂ ਡਾਇਬਿਟੀਜ਼ ਦੀ ਬਹੁਤ ਪ੍ਰੋਬਲਮ ਆਉਂਦੀ ਹੈ, ਇੱਧਰ ਕੰਮਾਂ ਕਾਰਾਂ ਦੇ ਵਿੱਚ ਡਿਪਰੈਸ਼ਨ ਬੜੀ ਹੁੰਦੀ ਹੈ, ਅਤੇ ਫਿਰ ਉਹ ਧੜਾ ਧੜਕੀ ਕੀ ਹੈ, ਸਵੇਰੇ ਉੱਠੇ ਤਾਂ ਦੋ ਗੋਲੀਆਂ ਖਾ ਲਈਆਂ ਐਲੋਪੈਥੀ, ਅਤੇ ਫਿਰ ਦੁਪਹਿਰੇ ਦੋ ਖਾ ਲਈਆਂ ਅਤੇ ਦੋ ਸ਼ਾਮੀ ਖਾ ਲਈਆਂ, ਅਤੇ ਉਦੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਬਾਅਦ ਦੇ ਵਿੱਚ ਉਹ ਪਤਾ ਲੱਗਦਾ ਜਦੋਂ ਉਹ ਨੁਕਸਾਨ ਕਰਨਾ ਸ਼ੁਰੂ ਕਰਦੀਆਂ। ਇਹਨਾਂ ਚੀਜ਼ਾਂ ਦੇ ਕੀ ਕਾਰਨ ਨੇ, ਇੱਕ ਇੱਕ ਕਰਕੇ ਅਸੀਂ ਡਿਸਕਸ ਕਰਦੇ ਹਾਂ, ਅਤੇ ਕੀ ਹੱਲ ਨੇ? ਦੇਖੋ, ਜਿਹੜੀ ਮੈਂ ਸਭ ਤੋਂ ਮੇਜਰ ਚੀਜ਼ ਇੱਥੇ ਆ ਕੇ ਓਬਜ਼ਰਵ ਕੀਤੀ ਹੈ, ਮੈਨੂੰ ਕੁਝ ਦਿਨ ਹੋਏ ਨੇ ਇੱਥੇ ਆਏ, ਮੈਂ ਦੇਖਿਆ ਵੇ ਕਿ ਇੱਥੇ ਲੋਕਾਂ ਦਾ ਸੌਣ ਦਾ ਟਾਈਮ ਬੜਾ ਗਲਤ ਹੈ। ਮੈਂ ਜਦੋਂ ਸਵੇਰੇ, ਮੇਰੀ ਕੋਸ਼ਿਸ਼ ਰਹੀ ਮੈਂ ਜਿੰਨੇ ਦਿਨ ਇੱਥੇ ਹਾਂ, ਜਦੋਂ ਦਾ ਮੈਂ ਸਨਰਾਈਜ਼ ਰੋਜ਼ ਦੇਖ ਰਿਹਾ ਮੈਂ ਇੱਥੋਂ ਦਾ, ਬੜਾ ਹੀ ਵਧੀਆ ਸਨਰਾਈਜ਼ ਹੈ ਇੱਥੇ, ਬੜਾ ਸੋਹਣਾ ਸੂਰਜ ਚੜ੍ਹਦਾ ਵਾ, ਲੇਕਿਨ ਜਦੋਂ ਮੈਂ ਸੂਰਜ ਚੜ੍ਹਦੇ ਦੇਖਦਾ ਮੈਜੋਰਿਟੀ ਬੰਦੇ ਜਿਹੜੇ ਨੇ ਮੈਨੂੰ ਉੱਠੇ ਹੋਏ ਨਜ਼ਰ ਨਹੀਂ ਆਉਂਦੇ ਇੱਥੇ। ਮੇਰਾ ਆਪਣਾ ਮੰਨਣਾ ਵਾ ਔਰ ਆਯੁਰਵੇਦ ਦਾ ਵੀ ਮੰਨਣਾ ਵਾ ਕਿ ਵੀ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼, ਆਪਾਂ ਜਲਦੀ ਸੋਈਏ ਅਤੇ ਜਲਦੀ ਜਾਗੀਏ। ਉਹ ਥੋੜ੍ਹਾ ਜਿਹਾ ਇੱਥੇ ਕਲਚਰ ਜਿਹੜਾ ਵਾ ਨਾ ਉਹ ਖਰਾਬ ਹੋ ਰਿਹਾ ਵਾ। ਇੱਕ ਤਾਂ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਇੱਥੇ ਕਿ ਆਪਾਂ ਟਾਈਮ ਸਿਰ ਸੋ ਕੇ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੀਏ। ਖਾਸ ਤੌਰ 'ਤੇ ਦੇਖੋ ਆਪਣੇ ਜਿਹੜੇ ਪੰਜਾਬੀ ਭਰਾ ਨੇ, ਸਾਨੂੰ ਬੈਕ ਐਂਡ ਤੋਂ ਪੰਜਾਬੀ, ਸਾਡੀਆਂ ਜੀਨਸ ਇਹੋ ਜਿਹੀਆਂ ਨੇ ਕਿ ਸਵੇਰੇ ਤੜਕੇ ਉੱਠਣਾ, ਉੱਠ ਕੇ ਕੰਮ ਕਾਰ ਕਰਨੇ। ਜਦੋਂ ਆਪਾਂ ਆਪਣਾ ਉਹ ਕਲਚਰ ਚੇਂਜ ਕਰ ਲੈਂਦੇ ਨਾ, ਸਾਡੀ ਜੀਨਸ ਨੂੰ ਉਹਦੀ ਆਦਤ ਪਈ ਹੁੰਦੀ ਹੈ, ਉਹ ਰੋਗਾਂ ਦਾ ਕਾਰਨ ਹੈ, ਕਿਉਂਕਿ ਸਾਡੇ ਸਰੀਰਾਂ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਸਾਨੂੰ ਜਲਦੀ ਸੋਣਾ ਵਾ ਅਤੇ ਜਲਦੀ ਉੱਠਣਾ ਵਾ। ਆਪਾਂ ਨਹੀਂ ਕਰਦੇ, ਉਹ ਨਾ ਕਰਨ ਕਰਕੇ ਕੀ ਹੁੰਦਾ ਵਾ ਕਿ ਸਾਡੀ ਸਾਰੀ ਦੀ ਸਾਰੀ ਦਿਨ ਚਰਿਆ ਖਰਾਬ ਹੋ ਜਾਂਦੀ ਹੈ। ਔਰ ਡਾਇਬਿਟੀਜ਼ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਡਾਇਬਿਟੀਜ਼ ਹੈ ਹੀ ਲਾਈਫ ਸਟਾਈਲ ਡਿਸਆਰਡਰ, ਉਹ ਇੱਕ ਲਾਈਫ ਸਟਾਈਲ ਡਿਸਆਰਡਰ ਹੈ। ਇਹੀ ਕਾਰਨ ਹੈ ਮੈਂ ਜਿੰਨੇ ਪੰਜਾਬੀਆਂ ਨੂੰ ਮਿਲਿਆ ਵਾਂ, ਹਰ ਤੀਜੇ ਜਾਂ ਚੌਥੇ ਘਰ ਦੇ ਅੰਦਰ ਮੈਨੂੰ ਡਾਇਬਿਟੀਜ਼ ਨਜ਼ਰ ਆਈ ਹੈ। ਜੀ ਜੀ ਡਾਕਟਰ ਸਾਹਿਬ, ਨਾਲ ਦੀ ਨਾਲ ਕਾਲਾਂ ਅਸੀਂ ਮੇਰੇ ਖਿਆਲ ਹੋਲਡ ਕਰੀ ਚੱਲੀਏ ਅਤੇ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਤੁਸੀਂ ਗੱਲ ਕੀਤੀ ਹੈ ਜਿਹੜੀ ਇਹ ਵੀ ਰਾਤੀ ਲੋਕ ਰੋਤੀ ਸੌਂਦੇ ਨਹੀਂ ਹੈਗੇ ਜਲਦੀ ਜਲਦੀ ਸੌਣਾ, ਵੈਸੇ ਵੀ ਉਹ ਕਹਾਵਤਾਂ ਵੀ ਬਣੀਆਂ, ਸਵਖਤੇ ਸੌਂ ਸਵਖਤੇ ਜਾਗ, ਅਕਲ ਅਤੇ ਧਨ ਦੇ ਲੱਗਣ ਭਾਗ, ਠੀਕ ਹੈ, ਸਾਡੇ ਪੰਜਾਬ ਦੇ ਹਿਸਾਬ ਨਾਲ ਤਾਂ ਹੈ ਗੱਲ ਠੀਕ, ਪਰ ਹੁਣ ਇੱਥੇ ਜਿਹੜੀ ਪ੍ਰੋਬਲਮ ਹੈ ਜਿਹਦਾ ਹੱਲ ਤੁਸੀਂ ਦੱਸਣਾ ਸਾਡੇ ਦਰਸ਼ਕਾਂ ਨੂੰ ਕਿ ਪ੍ਰੋਬਲਮ ਇੱਥੇ ਹੈ, ਰਾਤ ਨੂੰ ਸ਼ਿਫਟ ਹੀ 2 ਵਜੇ ਖਤਮ ਹੋਈ ਹੈ, 2 ਵਜੇ ਸ਼ਿਫਟ ਖਤਮ ਹੋਈ ਹੈ, 3 ਵਜੇ ਬੰਦਾ ਘਰੇ ਪਹੁੰਚਾ, 4 ਵਜੇ ਸੌਂਗਾ ਤਾਂ ਫਿਰ 3-4 ਵਜੇ ਉੱਠੂਗਾ, ਉਹਦਾ ਕੀ ਹੱਲ ਆ? ਪਹਿਲਾਂ ਆਪਾਂ ਕਾਲ ਲੈਂਦੇ, ਕਾਲ ਤੋਂ ਬਾਅਦ ਗੱਲਬਾਤ ਕਰਾਂਗੇ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਜਸ ਟੀਵੀ ਦੇ ਉਹ ਡਾਕਟਰ ਆ ਰਿਹਾ ਉਹਦੇ ਬਾਰੇ। ਹਾਂਜੀ ਹਾਂਜੀ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਸੁਣ ਰਹੇ ਨੇ, ਤੁਸੀਂ ਗੱਲ ਕਰੋ, ਕਿਹੜਾ ਸਵਾਲ ਪੁੱਛਣਾ ਪੁੱਛ ਰਹੇ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਨਾ ਇਹ ਕੈਂਸਰ ਹੈ, 70 ਸਾਲ ਮੇਰੀ ਉਮਰ ਹੈ, ਤੇ ਟਿਊਮਰ ਦੇ ਵਿੱਚ ਨਾ ਪਿਸ਼ਾਬ ਵਾਲਾ ਜਿਹੜਾ ਬਲੈਡਰ ਸੀ ਉਹਦੇ ਵਿੱਚ ਕੈਂਸਰ ਸੀ, ਤੇ ਮੇਰਾ ਇੱਥੇ ਅਮਰੀਕਾ 'ਚ ਉਹਨਾਂ ਸਰਜਰੀ ਕੀਤੀ ਹੈ, ਉਹ ਬਲੈਡਰ ਜਿਹੜਾ ਮੇਰਾ ਆਊਟ ਕਰਤਾ। ਠੀਕ ਹੈ ਜੀ, ਤੇ 2 ਸਾਲ ਤੇ ਮੈਂ ਠੀਕ ਰਿਹਾ, ਤੇ ਹੁਣ ਉਹ ਕਹਿੰਦੇ ਨੇ ਸਾਰੇ ਅੰਦਰ 'ਚ ਨਾ ਕੈਂਸਰ ਫੈਲ ਗਈ ਹੈ, ਛਾਤੀ 'ਚ ਵੀ, ਤੇ ਅੱਗੇ ਜਿਹੜਾ ਆਪਰੇਸ਼ਨ ਹੋਇਆ ਸੀ ਉਹ ਰਾਈਟ ਸਾਈਡ ਤੋਂ ਹੋਇਆ ਸੀ, ਹੁਣ ਕਹਿੰਦੇ ਨੇ ਖੱਬੇ ਬੰਨੇ ਵੀ, ਉਹ ਮਤਲਬ ਪੈਣ ਗਏ, ਦਰਦ ਮੇਰੇ ਬਹੁਤ ਹੁੰਦਾ, ਤੇ ਉਹ ਹੁਣ ਕੀਮੋਥੈਰੇਪੀਆਂ ਕਰਦੇ ਪਏ ਨੇ, ਤੇ ਜੇ ਮੈਂ ਤੁਹਾਡੇ ਕੋਲ ਕੋਈ ਇਲਾਜ ਇਹਦਾ ਹੋਵੇ। ਬਿਲਕੁਲ ਜੀ, ਦੇਖੋ ਜਿਸ ਤਰ੍ਹਾਂ ਤੁਸੀਂ ਦੱਸਿਆ ਬਲੈਡਰ ਕੈਂਸਰ ਜਦੋਂ ਵੀ ਕਿਸੇ ਨੂੰ ਹੁੰਦਾ, ਦੇਖੋ ਕੈਂਸਰ ਰੋਗ ਹੀ ਐਸਾ ਵਾ ਕਿ ਮੋਸਟਲੀ ਪੇਸ਼ੈਂਟ ਸਰਜਰੀ ਵੀ ਕਰਾ ਲੈਂਦੇ ਨੇ, ਕੀਮੋਥੈਰੇਪੀ ਕਰਾਉਂਦੇ ਨੇ, ਰੇਡੀਓਥੈਰੇਪੀ ਕਰਾਉਂਦੇ ਨੇ, ਫਿਰ ਕੁਛ ਸਾਲਾਂ ਬਾਅਦ ਹੋ ਜਾਂਦਾ ਵਾ। ਤੁਹਾਡੇ ਕੇਸ 'ਚ ਵੀ ਇਸ ਤਰ੍ਹਾਂ ਹੀ ਹੋਇਆ ਜੀ, ਆਪਾਂ ਜਦੋਂ ਆਯੁਰਵੇਦ ਦੇ ਨਾਲ ਕੈਂਸਰ ਦਾ ਇਲਾਜ ਕਰਦੇ ਹਾਂ, ਸਾਡੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਬੋਡੀ ਐਜ਼ ਏ ਹੋਲ ਲੈ ਕੇ ਚੱਲਦੇ ਹਾਂ, ਔਰ ਇਹ ਰੋਗ ਐਸਾ ਵਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਰੇ ਸਰੀਰ 'ਚ ਫੈਲ ਗਿਆ ਵਾ, ਇਹਦੇ 'ਚ ਸਾਨੂੰ ਇਲਾਜ ਐਸਾ ਕਰਨਾ ਪਏਗਾ ਜਿਹੜਾ ਕਿ ਕੰਮ ਅਤੇ ਤੇਜ਼ੀ ਨਾਲ ਕੀਮੋਥੈਰੇਪੀ ਜਿੰਨਾ ਹੀ ਕਰੇ ਬਟ ਨੁਕਸਾਨ ਕੋਈ ਨਾ ਕਰੇ। ਆਮ ਤੌਰ 'ਤੇ ਅਗਰ ਆਪਾਂ ਆਯੁਰਵੇਦਿਕ ਇਲਾਜ ਵੀ ਕਰਵਾਉਂਦੇ ਹਾਂ, ਜੇ ਸਾਨੂੰ
ਲਾਈਫ ਰਿਸਕੀ ਹੈ। ਮੈਂ ਚਾਹਾਂਗਾ ਸਾਡੇ ਹੈਲਪਲਾਈਨ ਨੰਬਰ ਇੱਥੇ ਆ ਰਹੇ ਨੇ, ਮੈਂ ਖੁਦ ਵੀ ਕੱਲ੍ਹ ਵੀ ਇੱਥੇ ਫੈਰਮੋਨ ਟੈਂਪਲ ਅੰਦਰ ਅਵੇਲੇਬਲ ਰਹਾਂਗਾ ਕੈਂਪ ਵਾਸਤੇ, ਮੈਂ ਨਿਊਯਾਰਕ 'ਚ ਵੀ ਅਵੇਲੇਬਲ ਰਹਾਂਗਾ। ਜੇ ਤੁਹਾਡੇ ਵਾਸਤੇ ਪੋਸੀਬਲ ਹੋ ਪਾਏ ਤੁਸੀਂ ਸਾਨੂੰ ਆਪਣੀਆਂ ਰਿਪੋਰਟਾਂ ਵੀ ਭੇਜੋ, ਅਤੇ ਤਾਂ ਕਿ ਮੇਰੀ ਟੀਮ ਪੂਰਾ ਤੁਹਾਨੂੰ ਗਾਈਡ ਕਰ ਸਕੇ ਅੱਛੇ ਤਰੀਕੇ ਨਾਲ, ਆਪਾਂ ਦੇਖ ਸਕੀਏ ਸਾਰੀ ਚੀਜ਼। ਜੀ ਮੈਂ ਕਿਹੜੀ ਜਗ੍ਹਾ ਤੋਂ ਬੋਲਦੇ ਤੁਸੀਂ? ਮੈਂ ਮਿਸ਼ੀਗਨ ਸਟੇਟ ਤੋਂ ਬੋਲਦਾ। ਮਿਸ਼ੀਗਨ 'ਚ ਵੀ ਜੀ ਸਾਡਾ ਸੈਂਟਰ ਹੈ, ਮੈਂ ਮਿਸ਼ੀਗਨ ਵਾਲੇ ਜਿਹੜੇ ਸੈਂਟਰ, ਤੁਹਾਡਾ ਨੰਬਰ ਸਾਡੇ ਕੋਲ ਆ ਗਿਆ ਵੈ, ਮੇਰੇ ਜਿਹੜੇ ਮਿਸ਼ੀਗਨ ਸੈਂਟਰ ਇੰਚਾਰਜ ਨੇ ਮੈਂ ਉਹਨਾਂ ਨੂੰ ਫਾਰਵਰਡ ਕਰਾਂਗਾ, ਵਿਕਰਾਂਤ ਨਾਮ ਹੈ ਉਹਨਾਂ ਦਾ, ਉਹ ਤੁਹਾਨੂੰ ਕਾਲ ਬੈਕ ਵੀ ਕਰਨਗੇ ਜੀ। ਜੀ ਮੈਂ ਜਿਹੜੇ ਘਰ ਵਿੱਚ ਬੈਠੇ ਇਸ ਟਾਈਮ ਦਰਸ਼ਕ ਦੇਖ ਰਹੇ ਨੇ ਪ੍ਰੋਗਰਾਮ, ਔਰ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਨੰਬਰ ਆ ਰਹੇ ਨੇ ਹੈਲਪਲਾਈਨ ਨੰਬਰ, ਅਤੇ ਉਹ ਉਹਨਾਂ 'ਤੇ ਵੀ ਗੱਲਬਾਤ ਕਰ ਸਕਦੇ ਹੋ ਤੁਸੀਂ। ਖੁੱਲ੍ਹਾ ਟਾਈਮ ਹੁੰਦਾ ਕਿਉਂਕਿ ਇੱਥੇ ਕਾਲਾਂ ਲੈਣ ਦਾ ਤਾਂ ਸਮਾਂ ਹੈਗਾ, ਪਰ ਜ਼ਿਆਦਾ ਲੰਬੇ ਚੌੜੇ ਸਵਾਲ ਕਰਨ ਦਾ ਸਮਾਂ ਲਾਈਵ ਪ੍ਰੋਗਰਾਮ ਦੇ ਵਿੱਚ ਨਹੀਂ ਹੁੰਦਾ। ਸੋ ਹੁਣ ਤੁਸੀਂ ਇੱਕ ਸਵਾਲ ਜ਼ਰੂਰ ਪੁੱਛੋ ਡਾਕਟਰ ਸਾਹਿਬ ਨੂੰ ਫੋਨ ਕਰਕੇ ਕੋਈ ਵੀ ਸਿਹਤ ਸੰਬੰਧੀ, ਅਤੇ ਬਾਕੀ ਜਿਹੜੀ ਲੰਬੀ ਗੱਲਬਾਤ ਆ ਇਹਨਾਂ ਨੂੰ ਫੋਨ ਕਰਕੇ ਜਿਹੜੇ ਨੰਬਰ ਸਕਰੀਨ ਦੇ ਉੱਪਰ ਆ ਰਹੇ ਆ ਉੱਥੇ ਗੱਲਬਾਤ ਕਰਕੇ ਕਰ ਸਕਦੇ। ਡਾਕਟਰ ਸਾਹਿਬ ਇਹ ਜਿੱਦਾਂ ਇਹਨਾਂ ਨੇ ਗੱਲ ਕੀਤੀ, ਜਾਂ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਹੈਲਪਲਾਈਨ ਨੰਬਰ ਹੈਗਾ ਉੱਥੇ ਗੱਲ ਕਰ ਲਓ ਅਤੇ ਤੁਹਾਨੂੰ ਜਾਂ ਤੁਸੀਂ ਗੱਲ ਕਰ ਲੈਣਗੇ, ਪਰ ਇੱਕ ਸਾਡੇ ਪੰਜਾਬੀਆਂ ਦੀ ਜਿਹੜੀ ਕਹਿ ਲਓ ਬਣਿਆ ਹੋਇਆ ਸਿਸਟਮ ਬਣਿਆ, ਇਹ ਬਣਿਆ ਕਿ ਡਾਇਰੈਕਟ ਤੁਹਾਡੇ ਨਾਲ ਗੱਲ ਕਰਕੇ ਜ਼ਿਆਦਾ ਖੁਸ਼ ਹੋਣਗੇ ਉਹ ਬਜਾਏ ਪਹਿਲਾਂ, ਅਤੇ ਅਗਰ ਤੁਹਾਡੇ ਸੰਪਰਕ ਕਰਨਾ ਹੋਵੇ ਤਾਂ ਫਿਰ ਕਰਾ ਦਿੰਦੇ ਤੁਹਾਡੇ ਜਿਹੜੇ? ਬਿਲਕੁਲ ਜੀ ਬਿਲਕੁਲ, ਜਿੱਥੇ ਦੇਖੋ ਸਾਡੇ ਕੋਲ 85 ਤੋਂ ਵੱਧ ਡਾਕਟਰ ਨੇ ਜੀ ਜਿਹੜੇ ਡੇ ਐਂਡ ਨਾਈਟ ਕੰਮ ਕਰ ਰਹੇ ਨੇ। ਜਿਹੜੀਆਂ ਸਿੰਪਲ ਪ੍ਰੋਬਲਮਸ ਨੇ ਜਿਹੜੀਆਂ ਕਿ ਉਹਨਾਂ ਦੇ ਵੱਲੋਂ ਡੀਲ ਹੋਣ ਵਾਲੀਆਂ ਹੁੰਦੀਆਂ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਉਹ ਆਪ ਕਰਨ। ਜਿੰਨੇ ਵੀ ਕ੍ਰਿਟੀਕਲ ਅਤੇ ਇਹੋ ਜਿਹੇ ਡਿਜ਼ੀਜ਼ ਨੇ ਜਿਹੜੇ ਲਾਈਫ ਥਰੈਟਨਿੰਗ ਡਿਜ਼ੀਜ਼ ਨੇ, ਪੂਰੀ ਹਿਸਟਰੀ ਕੰਪਾਈਲ ਕਰਦੀ ਹੈ ਟੀਮ ਬੈਕ ਐਂਡ ਤੋਂ, ਫਿਰ ਉਹ ਹਿਸਟਰੀ ਮੈਨੂੰ ਫਾਰਵਰਡ ਕੀਤੀ ਜਾਂਦੀ ਹੈ, ਔਰ ਜਿੱਥੇ ਜ਼ਰੂਰੀ ਲੱਗੇ ਮਰੀਜ਼ ਨਾਲ ਮੇਰੀ ਗੱਲ ਵੀ ਕਰਾਈ ਜਾਂਦੀ ਹੈ। ਕਿਉਂਕਿ ਦੇਖੋ ਡਾਕਟਰੀ 'ਚ ਇਕੱਲਾ ਇਲਾਜ ਕਰਨਾ ਹੀ ਇੱਕ ਕੰਮ ਨਹੀਂ ਹੈ, ਇੱਕ ਮਰੀਜ਼ ਦੀ ਜਦੋਂ ਮੈਂਟਲ ਸੈਟਿਸਫੈਕਸ਼ਨ ਹੁੰਦੀ ਹੈ, ਕਿਉਂਕਿ ਇਹ ਸਾਰੇ ਰੋਗਾਂ ਦੇ ਅੰਦਰ ਮਰੀਜ਼ ਡਰਿਆ ਹੁੰਦਾ ਵੈ, ਘਬਰਾਇਆ ਹੁੰਦਾ ਵੈ, ਕਿਤੇ ਨਾ ਕਿਤੇ ਜਦੋਂ ਇੱਕ ਮਰੀਜ਼ ਇੱਕ ਡਾਕਟਰ ਦੇ ਨਾਲ ਗੱਲ ਕਰਦਾ ਵੈ, ਉਸ ਡਾਕਟਰ ਦੀ ਐਸ਼ੋਰੈਂਸ ਨਾਲ, ਆਸ਼ਵਾਸਨ ਨਾਲ ਮਰੀਜ਼ ਦੇ ਅੱਧੇ ਰੋਗ ਲਾਥੇ ਜਾਂਦੇ ਨੇ, ਜੇ ਇੱਕ ਡਾਕਟਰ ਚੰਗੀ ਤਰੀਕੇ ਨਾਲ ਮਰੀਜ਼ ਨਾਲ ਗੱਲ ਕਰ ਲਏ। ਔਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨੂੰ ਮਿਸਗਾਈਡ ਨਾ ਕੀਤਾ ਜਾਏ, ਲੋਕ ਅੱਗੇ ਹੀ ਤੰਗ ਹੁੰਦੇ ਨੇ ਬਿਮਾਰੀ ਤੋਂ, ਡਾਕਟਰੀ ਵੈਸੇ ਹੀ ਪ੍ਰੋਫੈਸ਼ਨ ਬਣ ਕੇ ਰਹਿ ਗਿਆ ਵੈ। ਮੇਰਾ ਇੱਕ ਕੋਸ਼ਿਸ਼ ਜ਼ਰੂਰ ਰਹਿੰਦੀ ਕਿਸੇ ਨੂੰ ਗਲਤ ਗਾਈਡ ਨਾ ਕੀਤਾ ਜਾਏ, ਇਸ ਕਰਕੇ ਕੋਈ ਵੀ ਪੇਸ਼ੈਂਟ ਅਗਰ ਹੈਲਪਲਾਈਨ ਤੋਂ ਕੋਂਟੈਕਟ ਕਰਦਾ ਵੈ, ਮੇਰੇ ਨਾਲ ਉਹਦੀ ਗੱਲ ਜ਼ਰੂਰ ਕਰਵਾਈ ਜਾਏਗੀ। ਜੀ ਬਿਲਕੁਲ, ਅਗਰ ਅਸੀਂ ਵੈਸੇ ਗੱਲ ਕਰੀਏ ਡਾਕਟਰੀ ਪੇਸ਼ੇ ਦੀ, ਪ੍ਰਾਈਵੇਟ ਸਰਕਾਰੀ ਹਸਪਤਾਲ 'ਚ ਬੰਦਾ ਇਲਾਜ ਕਰਾ ਨਹੀਂ ਸਕਦਾ, ਸਰਕਾਰੀ ਹਸਪਤਾਲ 'ਚ ਇਲਾਜ ਹੁੰਦਾ ਨਹੀਂ ਅਤੇ ਪ੍ਰਾਈਵੇਟ 'ਚ ਕਰਾ ਨਹੀਂ ਸਕਦਾ, ਇਹ ਹਾਲ ਹੋਇਆ। ਚਲੋ ਇੱਕ ਆਯੁਰਵੈਦਿਕ ਅਗਰ ਅਸੀਂ ਗੱਲ ਕਰਦੇ, ਹਮੇਸ਼ਾ ਕਰੀਦੀ ਆ, ਇਹ ਇੱਕ ਐਸਾ ਇਲਾਜ ਆ ਜਿਹੜਾ ਕਿ ਪੱਕਾ, ਟਾਈਮ ਤਾਂ ਜ਼ਰੂਰ ਲੱਗਦਾ ਅਤੇ ਪਰ ਫਿਰ ਵੀ ਇਹ ਇੱਕ ਪੱਕਾ ਇਲਾਜ ਜਿਹੜਾ ਹੈਗਾ। ਇਹਦੇ ਵਾਸਤੇ ਤੁਹਾਨੂੰ ਡਾਕਟਰ ਸਾਹਿਬ ਨੂੰ ਕਾਲ ਕਰੋ। ਹੁਣ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਵੀ ਸਵਾਲ ਪੁੱਛ ਸਕਦੇ ਹੋ, ਪਰ ਹੁਣ ਕਾਲ ਜਿਹੜੀ ਅਸੀਂ ਤੁਹਾਡੀ ਜਿਹੜੀ ਹੈ ਬ੍ਰੇਕ ਤੋਂ ਬਾਅਦ ਲਵਾਂਗੇ, ਕਾਲ ਹੋਲਡ ਮੈਂ ਕਰ ਦਿੰਦਾ ਅਤੇ ਜਿਨ੍ਹਾਂ ਦੀ ਵੀ ਕਾਲ ਹੈਗੀ ਆ ਥੋੜ੍ਹੀ ਦੇਰ ਕਾਲ ਹੋਲਡ ਰੱਖਣੀ ਪਏਗੀ। ਬਾਕੀ ਦੀਆਂ ਕਾਲਾਂ ਤੁਹਾਡੀਆਂ ਅਤੇ ਡਾਕਟਰ ਸਾਹਿਬ ਨੂੰ ਹੋਰ ਜਿਹੜੇ ਸਵਾਲ ਨੇ ਸਿਹਤ ਸੰਬੰਧੀ, ਉਹ ਮੈਂ ਬ੍ਰੇਕ ਤੋਂ ਬਾਅਦ ਕਰਾਂਗਾ। ਫਿਲਹਾਲ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ। ਸਵਾਗਤ ਹੈ ਜੀ ਘਰਾਂ ਵਿੱਚ ਬੈਠੇ ਦਰਸ਼ਕਾਂ ਨਾਲ ਦਾ, ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਔਰ ਟਾਈਮ ਦਾ ਪਤਾ ਨਹੀਂ ਲੱਗਦਾ, ਫਟਾਫਟ ਭੱਜਿਆ ਜਾਂਦਾ। ਅਸੀਂ ਇੱਕ ਕਾਲ ਲੈ ਕੇ ਉਸ ਤੋਂ ਬਾਅਦ ਦੂਜੀ ਗੱਲ ਕਰਾਂਗੇ ਕਾਲਾਂ ਅਤੇ ਨਾਲ ਦੀ ਨਾਲ ਸਵਾਲ ਮੇਰੇ ਜ਼ਿਹਨ ਦੇ ਵਿੱਚ ਵੀ ਬਹੁਤ ਨੇ ਪਰ ਸਾਡੇ ਜ਼ਰੂਰੀ ਨੇ ਸਾਡੇ ਦਰਸ਼ਕਾਂ ਦੇ ਸਵਾਲ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਜਿੱਦਾਂ ਜੇ ਕਿਸੇ ਨੂੰ ਗੈਸ, ਜਿੱਦਾਂ ਲੇਡੀਜ਼ ਨੂੰ ਗੈਸ ਔਰ ਇਨਫੈਕਸ਼ਨ, ਬਾਥਰੂਮ ਇਨਫੈਕਸ਼ਨ ਹੋਵੇ, ਜਿੱਦਾਂ ਮੇਰੀਆਂ ਦੋ ਪ੍ਰੋਬਲਮ ਆ, ਇੱਕ ਤਾਂ ਮੇਰੇ ਹਸਬੈਂਡ ਦੀ ਜਿਵੇਂ ਪਿੱਛੇ ਮੋਹਰਾਂ ਦੇ ਵਿੱਚ ਪੇਨ ਬਹੁਤ ਹੁੰਦੀ ਹੈ, ਅਸੀਂ ਇੱਥੇ ਸਾਰੇ ਡਾਕਟਰਾਂ ਨੂੰ ਦਿਖਾ ਦਿਖੂ ਲਿਆ, ਰਿਪੋਰਟ 'ਚ ਵੀ ਕੁਛ ਨਹੀਂ ਹੁੰਦਾ, ਅਤੇ ਬਾਕੀ ਜੇ ਇਨਫੈਕਸ਼ਨ ਹੋਵੇ ਔਰ ਸੈੱਲ ਘਟ ਜਾਂਦੇ ਹੋਣ, ਬਲੱਡ ਲੋ ਹੋ ਜਾਂਦਾ ਹੋਵੇ, ਇਹਨਾਂ ਚੀਜ਼ਾਂ ਦਾ ਕੋਈ? ਦੇਖੋ ਇੱਕ ਤੇ ਕਾਮਨ ਜੀ ਚੀਜ਼ ਹੈ ਜਿਹੜੀ ਆਪਾਂ ਘਰ 'ਚ ਕਰ ਸਕਦੇ ਹਾਂ, ਗਰਮ ਪਾਣੀ ਪੀਣਾ। ਆਪਾਂ ਆਮ ਤੌਰ 'ਤੇ, ਮੈਂ ਤਾਂ ਇੱਥੇ ਖਾਸ ਤੌਰ 'ਤੇ ਹੈਰਾਨ ਹਾਂ ਕਿ ਇੱਥੇ ਠੰਡ ਅੰਦਰ ਵੀ ਲੋਕ ਠੰਡਾ ਪਾਣੀ ਪੀ ਰਹੇ ਸੀ, ਮੈਂ ਜਦੋਂ ਦੇਖਿਆ। ਤੁਸੀਂ ਕੋਸ਼ਿਸ਼ ਕਰੋ ਜੀ ਇੱਕ ਤੇ ਪੂਰਾ ਗਰਮ ਪਾਣੀ, ਚਾਹ ਗਰਮ ਹੁੰਦੀ ਹੈ ਨਾ, ਦਿਨ 'ਚ 4 ਜਾਂ 5 ਵਾਰੀ ਆਪਾਂ ਉਨਾ ਗਰਮ ਪਾਣੀ ਪੀਣਾ ਵਾ, ਇੱਕ ਤਾਂ ਜ਼ਰੂਰ ਸ਼ੁਰੂ ਕਰੋ। ਸੈਕਿੰਡ ਚੀਜ਼ ਜਿਹੜੀ ਤੁਸੀਂ ਕਰਨੀ ਹੋ, ਸੌਂਫ, ਸੌਂਫ ਇੱਥੇ ਵੀ ਈਜ਼ਲੀ ਅਵੇਲੇਬਲ ਹੈ। ਖਾਣਾ ਖਾਣ ਤੋਂ ਬਾਅਦ ਕੋਸ਼ਿਸ਼ ਕਰਨੀ ਹੈ 1 ਚਮਚਾ ਸੌਂਫ ਦੀ ਜ਼ਰੂਰ ਖਾਣੀ ਹੈ ਤੁਸੀਂ, ਠੀਕ ਹੈ? ਸੈੱਲ ਦੀ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੈੱਲ ਘੱਟ ਜਾਂਦੇ ਨੇ, ਪਲੇਟਲੈਟ ਦੀ ਗੱਲ ਕਰ ਰਹੇ ਹੋ, ਪਲੇਟਲੈਟ ਕਾਊਂਟ ਘਟਿਆ ਉਹਨਾਂ ਦਾ? ਜਦੋਂ ਕਿਸੇ ਨੂੰ ਬਾਰ ਬਾਰ ਗੈਸ ਬਣਦੀ ਹੋਏ ਨਾ, ਉਹਦੀ ਬੋਡੀ ਚ ਜਿਹੜਾ ਆਇਰਨ ਹੈ ਨਾ, ਉਹ ਐਬਜ਼ੋਰਬ ਹੋਣਾ ਘੱਟ ਜਾਂਦਾ ਵਾ। ਸਾਨੂੰ ਇਹਦੇ ਵਾਸਤੇ ਇਹ ਚੀਜ਼ ਕਰਨੀ ਚਾਹੀਦੀ ਹੈ ਉਹਨਾਂ ਦੇ ਕੇਸ 'ਚ, ਜੇ ਤੇ ਤੁਹਾਨੂੰ ਇੱਥੇ ਆਂਵਲਾ ਦਾ ਪਾਊਡਰ ਮਿਲ ਸਕੇ, ਆਂਵਲਾ ਦਾ ਪਾਊਡਰ ਇੱਥੇ ਅਵੇਲੇਬਲ ਹੈ,
ਆਂਵਲਾ ਬੈਸਟ ਚੀਜ਼ ਹੈ ਉਹਦੇ ਵਾਸਤੇ, ਤੁਸੀਂ ਉਹ ਸਟਾਰਟ ਕਰਵਾਓ, ਉਹ ਗੈਸ ਵੀ ਘਟਾਏਗਾ ਪਲੱਸ ਜਿਹੜਾ ਵਾ ਐਚ ਬੀ ਵੀ ਇੰਪਰੂਵ ਕਰੇਗਾ। ਇਹਦੇ ਨਾਲ ਨਾਲ ਜਿਹੜੀ ਦੂਜੀ ਚੀਜ਼ ਮੰਨ ਲਓ ਤੁਹਾਨੂੰ ਆਂਵਲੇ ਦੀ ਜਗ੍ਹਾ ਦੇ ਉੱਪਰ ਤੁਸੀਂ ਮੈਡੀਸਿਨ ਵੱਲ ਸੋਚੋ, ਅਤੇ ਨਿਰੋਗਮ ਡੀ ਟੀ ਇੱਕ ਮੈਡੀਸਿਨ ਆਉਂਦੀ ਸਾਡੇ, ਜੇ ਤ੍ਰਿਫਲਾ ਦਾ ਕਾੜਾ ਨਾ ਜਿਹੜਾ, ਉਹਨੂੰ ਆਪਾਂ ਪ੍ਰੋਸੈਸ ਕਰਕੇ ਇੱਕ ਡਿਸਪਰਸੀਬਲ ਟੇਬਲੇਟ ਦਾ ਰੂਪ ਦੇਤਾ ਵਾ। ਕਿਉਂਕਿ ਅੱਜ ਅਗਰ ਆਪਾਂ ਕਿਸੇ ਨੂੰ ਕਹੀਏ ਜੀ ਤੁਸੀਂ ਕਾੜਾ ਬਣਾਓ, ਕਾੜਾ ਬਣਾ ਕੇ ਛਾਨੋ, ਕਿਸੇ ਕੋਲ ਟਾਈਮ ਨਹੀਂ ਹੈ, ਉਹ ਨਿਰੋਗਮ ਡੀ ਟੀ ਤੁਸੀਂ ਨਾਲ ਯੂਜ਼ ਕਰਵਾ ਸਕਦੇ ਹੋ ਜੀ ਉਹਨਾਂ ਨੂੰ। ਠੀਕ ਹੈ ਜੀ, ਠੀਕ ਹੈ, ਹਾਂਜੀ ਗੱਲ ਕਰ ਲਈ, ਠੀਕ ਹੈ। ਪਰ ਸੌਰੀ ਕਾਲ ਤੁਹਾਡੀ ਮੈਂ ਕਰਤੀ, ਮੈਨੂੰ ਇਹ ਜੀ ਤੁਸੀਂ ਕਰਤੀ ਬਾਈ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਰੋ ਡਾਕਟਰ ਸਾਹਿਬ ਨਾਲ ਗੱਲ ਕਰੀ, ਠੀਕ ਹੈ, ਕਰਾਓ ਜੀ, ਸਤਿ ਸ਼੍ਰੀ ਅਕਾਲ ਸਰ। ਤੋ ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ ਡਾਕਟਰ ਸਾਹਿਬ ਨਾਲ, ਸਮਾਂ ਬਹੁਤ ਥੋੜਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਬੋਲਦਾ ਜੀ। ਹਾਂਜੀ ਹਾਂਜੀ, ਤੇ ਮੈਨੂੰ ਨਾ ਸ਼ੂਗਰ ਮੇਰੀ ਇਹ ਜਿਹੜੀ ਉਹ A1C 9 ਤੋਂ ਕਰਦੀ ਨਹੀਂ ਜੀ। ਤੁਸੀਂ ਕੁਲਦੀਪ ਜੀ ਵਾਕ ਕਿੰਨੀ ਕਰਦੇ ਹੋ, ਪੈਦਲ ਕਿੰਨਾ ਚੱਲਦੇ ਹੋ? ਮੈਂ ਜਿਮ ਜਾਂਦਾ 5 ਡੇਸ ਔਰ ਵਾਕ, ਵਾਕ ਥੋੜਿਆ ਜਿਮ ਤੇ ਚਲੋ ਆਪਾਂ ਤੁਸੀਂ ਸਰੀਰ ਨੂੰ ਫਿੱਟ ਕਰਨ ਵਾਸਤੇ ਕਰ ਰਹੇ ਹੋ, ਬਹੁਤ ਹੀ ਖੁਸ਼ੀ ਦੀ ਗੱਲ ਹੈ, ਬਟ ਵਾਕਿੰਗ ਕਿੰਨੀ ਕੁ ਕਰ ਰਹੇ ਹੋ? ਵਾਕਿੰਗ 2 ਦਿਨ ਕਰੀ ਦਾ, ਅੱਧਾ ਪੌਣਾ ਘੰਟਾ। ਕਿਉਂਕਿ ਦੇਖੋ ਜੇ ਆਪਾਂ HbA1c ਘਟਾਣੀ ਹੈ ਨਾ ਜੀ, ਚਲੋ ਦਵਾਈਆਂ ਤੇ ਹੈ ਹੀ ਹੈ, ਮੈਂ ਦਵਾਈਆਂ ਦੱਸਾਂਗਾ ਵੀ ਰੂਟੀਨ 'ਚ, ਮੇਰੀ ਵੈਬਸਾਈਟ 'ਤੇ ਵੀ ਅਵੇਲੇਬਲ ਨੇ, ਲੇਕਿਨ ਵਾਕ ਇੱਕ ਐਸੀ ਚੀਜ਼ ਹੈ ਜੇ ਤੁਸੀਂ ਵਧਾ ਦਿਓ ਤੁਹਾਡਾ HbA1c ਬਿਨਾਂ ਕਿਸੇ ਦਵਾਈ ਤੋਂ ਹੀ ਠੀਕ ਹੋ ਜਾਣਾ ਵਾ, ਕੰਟਰੋਲ ਆ ਜਾਣਾ। ਕੋਸ਼ਿਸ਼ ਕਰੋ ਹੌਲੀ ਹੌਲੀ ਵਾਕ ਵਧਾ ਕੇ, ਤੁਸੀਂ ਪਹਿਲੇ 15 ਮਿੰਟਾਂ ਤੋਂ 25 ਮਿੰਟ, ਅੱਧੇ ਘੰਟੇ ਤੱਕ ਵਾਕ ਡੇਲੀ ਲੈ ਕੇ ਜਾਣੀ ਹੈ। ਔਰ ਵਾਕ ਵੀ ਜਿਹੜੀ ਆਪਾਂ ਕਰਨੀ ਹੈ ਨਾ ਜੀ ਕੁਲਦੀਪ ਜੀ, ਉਹ ਵਾਕ ਆਪਾਂ ਕਰਨੀ ਹੈ ਡੀਪ ਬਰੀਦਿੰਗ ਕਰਦੇ ਹੋਏ। ਆਪਾਂ ਆਮ ਤੌਰ 'ਤੇ ਵਾਕਿੰਗ ਕਰਦੇ ਹਾਂ, ਸਾਹ ਰੋਕ ਲੈਂਦੇ ਹਾਂ, ਤੇਜ਼ ਤੇਜ਼ ਸਾਹ ਲੈਣ ਲੱਗ ਪੈਂਦੇ ਹਾਂ, ਵਾਕ ਦਾ ਫਾਇਦਾ ਅੱਧਾ ਰਹਿ ਜਾਂਦਾ ਸਾਨੂੰ। ਆਪਾਂ ਜਦੋਂ ਵਾਕਿੰਗ ਕਰਨੀ ਹੈ, ਲੰਬੇ ਲੰਬੇ ਸਾਹ ਲੈਂਦੇ ਹੋਏ ਵਾਕਿੰਗ ਕਰਨੀ ਹੈ। ਤੁਸੀਂ ਜਿਮਿੰਗ ਵੀ ਜਦੋਂ ਕਰਦੇ ਹੋਗੇ ਉਹਦੀ ਨੋਟ ਕਰਕੇ ਦੇਖਣਾ, ਸਾਹ ਰੋਕ ਲੈਂਦੇ ਹਾਂ ਆਪਾਂ ਜਦੋਂ ਵੇਟ ਲਿਫਟ ਕਰਦੇ ਹਾਂ, ਜਦੋਂ ਟ੍ਰੈਡਮਿਲ ਕਰਦੇ ਹਾਂ, ਉਹ ਉਸ ਚੀਜ਼ ਦਾ ਫਾਇਦਾ ਹੀ ਘੱਟ ਜਾਂਦਾ ਵਾ। ਸਾਹਾਂ ਦੇ ਉੱਪਰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤੇ ਤੁਸੀਂ ਵਾਕ ਵਧਾਓ। ਜਿਮ ਦੇ ਨਾ ਕੋਈ ਫਾਇਦਾ ਨਹੀਂ ਹੈਗਾ ਸ਼ੂਗਰ ਦਾ, ਬਸ ਬਸ ਤੁਸੀਂ ਵਾਕਿੰਗ ਕਰਨੀ ਹੈ ਜੀ, ਤੇ ਵਾਕਿੰਗ ਵੀ ਲੰਬੇ ਲੰਬੇ ਸਾਹ ਲੈਂਦੇ ਹੋਏ ਕਰਨੀ ਹੈ। ਅੱਛਾ, ਲੰਬੇ ਲੰਬੇ ਸਾਹ ਲੈ ਕਰਨੀ ਹੈ, ਬਿਲਕੁਲ ਜੀ, ਬਿਲਕੁਲ, ਇਦਾਂ ਕਰਕੇ। ਹਾਂਜੀ 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 ਜੀ, ਥੈਂਕ ਯੂ ਜੀ, ਬਾਕੀ ਡਾਕਟਰ ਸਾਹਿਬ ਨੂੰ ਕਾਲ ਕਰ ਲਿਓ ਉਹਨਾਂ ਦੇ ਨੰਬਰ ਤੇ। ਹੈਲੋ, ਗੋਲੀਆਂ ਖਾ ਲੈਂਦੇ ਆ, ਉਹ ਪੈਨਕ੍ਰੀਆਸ ਨੂੰ ਸਟਿਮੂਲੇਟ ਕਰਦੀਆਂ ਨੇ ਤੇ ਸ਼ੂਗਰ ਘਟਾ ਦਿੰਦੀਆਂ ਨੇ, ਲੇਕਿਨ ਸ਼ੂਗਰ ਦੇ ਕਰਕੇ ਜਿਹੜੇ ਸਾਡੇ ਸਰੀਰ ਨੂੰ ਨੁਕਸਾਨ ਹੋ ਰਹੇ ਨੇ ਉਹਨਾਂ ਨੂੰ ਨਹੀਂ ਠੀਕ ਕਰਦੀਆਂ। ਉਹਨਾਂ ਨੂੰ ਠੀਕ ਕਰਨ ਵਾਸਤੇ ਸਭ ਤੋਂ ਚੰਗੀ ਹੈ ਲੰਬੇ ਲੰਬੇ ਸਾਹ ਲੈਂਦੇ ਹੋਏ ਕੀਤੀ ਗਈ ਵਾਕ। ਵਾਕ ਵੀ ਜਿਹੜੀ ਉਹ ਸਾਹ ਲੈਂਦੇ ਹੋਏ ਕਰਨੀ ਲੰਬੇ ਲੰਬੇ। ਇਸ ਤੋਂ ਇਲਾਵਾ ਬੜੀਆਂ ਸਾਰੀਆਂ ਹਰਬਸ ਨੇ ਜਿਹਦੇ 'ਚ ਕੋਮਨ, ਜਿਹੜੀ ਮੈਂ ਇੱਥੇ ਦੇਖੀ, ਉਹ ਕਰੇਲਾ, ਕਰੇਲੇ ਦਾ ਤੁਸੀਂ ਕੋਸ਼ਿਸ਼ ਕਰੋ ਉਹਨਾਂ ਨੂੰ ਜੂਸ ਪਿਲਾਉਣਾ ਸ਼ੁਰੂ ਕਰੋ। ਕਰੇਲੇ ਅੰਦਰ ਨਾ ਫਾਈਟੋ ਇੰਸੂਲਿਨ ਹੁੰਦੀ, ਫਾਈਟੋ ਇੰਸੂਲਿਨ ਪੌਦੇ ਵਾਲੀ ਇੰਸੂਲਿਨ, ਉਹ HbA1c ਬਹੁਤ ਜਲਦੀ ਘਟਾਉਂਦੀ ਹੈ। ਇਹ ਦੋ ਚੀਜ਼ਾਂ ਤੁਸੀਂ ਉਹਨਾਂ ਵਾਸਤੇ ਕਰੋ, ਬਾਕੀ ਤੁਸੀਂ ਡਿਟੇਲਸ ਉਹਨਾਂ ਦੀਆਂ ਸਾਡੇ ਹੈਲਪਲਾਈਨ ਤੇ ਸ਼ੇਅਰ ਕਰ ਸਕਦੇ ਹੋ, ਆਪਾਂ ਕੁਝ ਗਾਈਡਲਾਈਨਸ ਤੁਹਾਨੂੰ ਫਾਰਵਰਡ ਕਰਾਂਗੇ, ਉਹਨਾਂ ਵਾਸਤੇ ਤੁਸੀਂ ਕਰਵਾਇਆ ਕਰੋ। ਜੀ ਮਿਹਰਬਾਨੀ, ਜੀ ਮਿਹਰਬਾਨੀ ਬਹੁਤ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ, ਮੇਰੇ ਨਾ ਲੀਵਰ ਫੈਟੀ ਹੋਇਆ ਆ, ਇਹਦਾ ਕੁਛ ਦੱਸ ਸਕਦੇ? ਸਤਿ ਸ਼੍ਰੀ ਅਕਾਲ ਜੀ, ਦੇਖੋ ਲੀਵਰ ਫੈਟੀ ਦੀ ਜਦੋਂ ਆਪਾਂ ਗੱਲ ਕਰਦੇ ਆ, ਫੈਟ ਡੈਪੋਜੀਸ਼ਨ ਲੀਵਰ 'ਚ ਉਦੋਂ ਆਉਂਦਾ ਵਾ ਜਦੋਂ ਆਪਾਂ ਕਾਫੀ ਦੇਰ ਵਾਸਤੇ ਆਪਣੇ ਲੀਵਰ ਕੋਲੋਂ ਵਧੀਆ ਕੰਮ ਨਹੀਂ ਲੈਂਦੇ ਆ। ਫੈਟੀ ਲੀਵਰ ਵਾਸਤੇ ਸਭ ਤੋਂ ਚੰਗਾ ਜਿਹੜਾ ਹੋਮ ਰੈਮਿਡੀ ਹੈ ਉਹ ਜੀਰਾ ਵਾ ਜੀ, ਜੀਰਾ। ਜੀਰਾ ਸਾਡੇ ਰੂਟੀਨ 'ਚ ਕਿਚਨ ਦੇ ਅੰਦਰ ਹੁੰਦਾ ਵਾ, ਤੁਸੀਂ ਜੀਰਾ ਭੁੰਨਣਾ ਵਾ, ਭੁੰਨ ਕੇ ਤਕਰੀਬਨ ਅੱਧਾ ਚਮਚਾ ਸਵੇਰੇ ਅਤੇ ਅੱਧਾ ਚਮਚਾ ਸ਼ਾਮੀ ਖਾਣਾ ਜੀਰੇ ਦਾ। ਤੁਸੀਂ ਉਸ ਤੋਂ ਬਾਅਦ ਚੈੱਕ ਕਰਵਾ ਕੇ ਦੇਖ ਸਕਦੇ ਹੋ, ਬਹੁਤੀਆਂ ਦਵਾਈਆਂ ਖਾਧੇ ਬਿਨਾਂ ਹੀ ਜਿਹੜਾ ਤੁਹਾਡਾ ਫੈਟੀ ਲੀਵਰ ਹੈ ਨਾ ਉਹ ਬੈਟਰ ਹੋਇਆ ਹੋਏਗਾ। ਪਲੱਸ ਥੋੜ੍ਹਾ ਜਿਹਾ ਪ੍ਰਾਣਾਯਾਮ ਕਰਨ ਦੀ ਆਦਤ ਪਾਓ। ਅਗਰ ਤੁਸੀਂ ਪ੍ਰਾਣਾਯਾਮ ਕਰ ਲੈਂਦੇ ਹੋ, ਮੇਰੇ ਯੂਟਿਊਬ ਦੇ ਉੱਪਰ ਵੀਡੀਓਜ਼ ਅਵੇਲੇਬਲ ਨੇ ਪ੍ਰਾਣਾਯਾਮ ਦੇ, ਡਾਕਟਰ ਨਵਦੀਪ ਸ਼ਰਮਾ ਦੇ ਚੈਨਲ ਦੇ ਉੱਪਰ, ਤੁਸੀਂ ਉੱਥੋਂ ਸਿੱਖ ਸਕਦੇ ਹੋ ਪ੍ਰਾਣਾਯਾਮ। ਅਦਰਵਾਈਜ਼ ਸਾਡੀ ਟੀਮ
ਤੁਹਾਨੂੰ ਵੈਸੇ ਹੀ ਸਿਖਾ ਸਕਦੀ ਹੈ, ਤੁਸੀਂ ਕਦੀ ਵੀ ਕੰਟੈਕਟ ਕਰ ਸਕਦੇ ਹੋ। ਪ੍ਰਾਣਾਯਾਮ ਕਰਨਾ ਵਾ ਤੇ ਜੀਰਾ ਖਾਣਾ ਵਾ, ਤੁਹਾਨੂੰ ਦਵਾਈ ਨਹੀਂ ਖਾਣੀ ਪਏਗੀ, ਆਟੋਮੈਟਿਕਲੀ ਤੁਹਾਡਾ ਫੈਟੀ ਲੀਵਰ ਠੀਕ ਹੋ ਜਾਏਗਾ। ਹਾਂਜੀ, ਇੱਕ ਹੋਰ ਆ ਜੀ, ਮੇਰੇ ਨਾ ਕਜ਼ਨ ਹੈਗੇ, ਉਹਨਾਂ ਦੇ ਕਿਡਨੀਆਂ ਫੰਕਸ਼ਨ ਸਲੋ ਹੋਈਆਂ, ਸਲੋ ਫੰਕਸ਼ਨ ਨਹੀਂ ਕਰਦੇਗਾ। ਉਹਨਾਂ ਦਾ ਕ੍ਰੀਟਿਨਿਨ ਯੂਰੀਆ ਵਗੈਰਾ ਵੱਧ ਰਿਹਾ ਹੋਏਗਾ ਜੀ। ਅੱਛਾ ਜੀ। ਹਾਂ, ਜੇ ਉਹਨਾਂ ਦੀ ਕਿਡਨੀਆਂ ਪ੍ਰੋਪਰ ਸਲੋ ਕੰਮ ਕਰ ਰਹੀਆਂ, ਤੁਸੀਂ ਇੱਕ ਵਾਰੀ ਉਹਨਾਂ ਦਾ ਕ੍ਰੀਟਿਨਿਨ ਤੇ ਯੂਰੀਆ, ਇਹ ਦੋ ਲੈਵਲ ਹੁੰਦੇ ਨੇ ਜਿਹੜੇ ਵੱਧ ਜਾਂਦੇ ਨੇ ਜਦੋਂ ਕਿਡਨੀਆਂ ਪੂਰਾ ਕੰਮ ਨਹੀਂ ਕਰਦੀਆਂ, ਤੁਸੀਂ ਕੋਸ਼ਿਸ਼ ਕਰਨਾ ਕਿ ਉਹ ਸਾਨੂੰ ਜ਼ਰੂਰ ਭੇਜਣਾ, ਕਿਉਂਕਿ ਦੇਖੋ ਕਿਡਨੀਆਂ ਅਗਰ ਅੱਜ ਸਲੋ ਕੰਮ ਕਰ ਰਹੀਆਂ ਨੇ, ਇਹ ਬੜਾ ਜ਼ਰੂਰੀ ਕਿ ਉਹਨਾਂ ਨੂੰ ਹੁਣੇ ਰਿਵਾਈਵ ਕਰਵਾ ਲਿਆ ਜਾਏ, ਅਦਰਵਾਈਜ਼ ਕੱਲ੍ਹ ਨੂੰ ਬੜੀ ਪ੍ਰੋਬਲਮ ਹੋ ਜਾਂਦੀ ਹੈ ਜੀ। ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਕਿ ਮੇਰੇ ਸ਼ੋਲਡਰ ਤੇ ਨਾ ਸੱਟ ਲੱਗੀ ਹੈ ਬਹੁਤ ਦੇਰ ਪਹਿਲੇ। ਹਾਂਜੀ ਹਾਂਜੀ। ਤੇ ਉਹ ਸੱਟ ਜਿਹੜੀ ਨਾ ਉਹ ਪਤਾ ਨੀ ਹੁਣ ਗੈਂਠੀਆ ਗਿਆ ਤੁਸੀਂ ਅਥਰਾਈਟਿਕ ਕਹਿ ਲਓ ਉਹਨੂੰ, ਤੇ ਉਹਦੇ ਨਾਲ ਨਾ ਮੈਨੂੰ ਕਾਫੀ ਪੇਨ ਰਹਿੰਦੀ, ਜਿਹਦੇ ਨਾਲ ਕਈ ਦਫਾ ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨੇ ਵੀ ਉਹ ਬਹੁਤ ਮੈਨੂੰ ਡਿਸਟਰਬ ਕਰਦੀ ਹੈ। ਸਿਰਫ ਸ਼ੋਲਡਰ ਤੇ ਹੀ ਰਹਿੰਦੀ ਹੈ ਕਿ ਪੂਰੀ ਬਾਡੀ 'ਚ ਵੀ ਤੰਗ ਕਰਦੀ ਹੈ ਕੁਛ? ਉਹ ਵਾਲੀ ਜਿਹੜੀ ਲੱਤ ਹੈ ਨਾ, ਹੁਣ ਜਿਉਂ ਜਿਉਂ ਏਜ ਥੋੜੀ ਮੇਰੀ 58 ਹੈ, ਤੇ ਉਹ ਥੋੜਾ ਹੁਣ ਏਜ ਦੇ ਨਾਲ ਨਾਲ ਲੱਤ ਵਿੱਚ ਵੀ ਆ ਗਈ, ਉਹਦੇ ਨਾਲ ਲੱਤ ਵਿੱਚ ਵੀ ਦਰਦ ਹੁੰਦੀ ਹੈ ਥੋੜੀ, ਬਾਅਦ ਵਿੱਚ ਵੀ ਹੁੰਦੀ ਹੈ। ਤੁਸੀਂ ਇੱਕ ਕੰਮ ਕਰਨਾ ਜੀ ਕਿ ਤੁਸੀਂ ਇੱਕ ਕੱਪੜੇ 'ਚ ਨਾ ਜਵੈਨ ਬੰਨ ਲੈਣੀ ਹੈ, ਉਸ ਜਵੈਨ ਨੂੰ ਜਵੈਨ ਵਾਲੀ ਪੋਟਲੀ ਜੀ ਬਣਾ ਕੇ ਨਾ ਉਹਨੂੰ ਥੋੜਾ ਜਿਹਾ ਕੋਸਾ ਕਰਕੇ ਉਹਦੀ ਸਿਕਾਈ ਕਰਿਆ ਕਰਨੀ ਹੈ। ਉਹ ਸਿਕਾਈ ਕਰਨ ਤੋਂ ਪਹਿਲੇ ਤੁਸੀਂ ਨੋਰਮਲ ਜਿਹੜਾ ਮਿੱਠਾ ਤੇਲ ਜਿਹਨੂੰ ਤਿਲ ਦਾ ਤੇਲ ਕਹਿੰਦੇ ਆਪਾਂ, ਜਿਹੜਾ ਕਿ ਇਸੀ ਸਮੇਂ ਆਇਲ ਇੱਥੇ ਵੀ ਅਵੇਲੇਬਲ ਹੈ ਬੜਾ ਈਜ਼ੀਲੀ, ਮੈਂ ਦੇਖਿਆ ਸੀ, ਤੁਸੀਂ ਆਇਲ ਲਗਾਉਣਾ ਵਾ ਥੋੜ੍ਹਾ, ਕੋਈ ਮੈਡੀਕੇਟਡ ਆਇਲ ਲਾਉਣ ਦੀ ਲੋੜ ਨਹੀਂ, ਨੋਰਮਲ ਤਿਲ ਦਾ ਤੇਲ ਲਾਓ, ਕੱਪੜੇ 'ਚ ਜਵੈਨ ਬੰਨੋ ਅਤੇ ਉਹਦੀ ਸਿਕਾਈ ਕਰਨੀ ਹੈ। ਇਹ ਤਾਂ ਹੋ ਗਈ ਨੋਰਮਲ ਉਸ ਵੇਲੇ ਇੱਕ ਪੇਨ ਕੰਟਰੋਲ ਕਰਨ ਦੀ ਗੱਲ। ਔਰ ਅਗਰ ਆਪਾਂ ਟ੍ਰੀਟਮੈਂਟ ਦੀ ਗੱਲ ਕਰੀਏ, ਸੁੰਡ ਸਾਡੇ ਸਾਰਿਆਂ ਦੇ ਘਰ 'ਚ ਅਵੇਲੇਬਲ ਹੈ, ਡਰਾਈ ਜਿੰਜਰ ਜਿਹਨੂੰ ਆਪਾਂ ਕਹਿੰਦੇ ਹਾਂ, ਕੋਸ਼ਿਸ਼ ਕਰਨੀ ਹੈ ਕਿ ਡਰਾਈ ਜਿੰਜਰ ਪਾਊਡਰ ਤੁਸੀਂ ਚਮਚੇ ਦਾ 1/4 ਹਿੱਸਾ ਸਵੇਰੇ ਅਤੇ 1/4 ਹਿੱਸਾ ਹੀ ਸ਼ਾਮੀ ਗਰਮ ਪਾਣੀ ਨਾਲ ਸ਼ੁਰੂ ਕਰੋ। ਅਗਰ ਪ੍ਰੋਬਲਮ ਇਹਦੇ ਨਾਲ ਨਹੀਂ ਕਵਰ ਹੁੰਦੀ, ਫਿਰ ਸਾਡੀ ਇੱਕ ਮੈਡੀਸਿਨ ਆਉਂਦੀ ਹੈ ਰਿਮੋਕੇਅਰ ਦੇ ਨਾਮ ਨਾਲ, ਉੱਥੇ US 'ਚ ਅਵੇਲੇਬਲ ਹੈ, ਤੁਸੀਂ ਉਹ ਵੀ ਸਟਾਰਟ ਕਰ ਸਕਦੇ ਹੋ। ਇਹ ਤੁਹਾਡੀ ਮੈਡੀਸਿਨ ਕੋਈ ਵੀ ਅਗਰ ਸਾਡੇ ਦਰਸ਼ਕਾਂ ਲੈਣੀ ਹੋਵੇ ਤਾਂ ਕਿੱਥੋਂ ਮਿਲ ਸਕਦੀ ਹੈ, ਜ਼ਰੂਰ ਸਾਡੇ ਦਰਸ਼ਕਾਂ ਦੱਸੋ ਜੀ। ਸਾਡੇ ਹੈਲਪਲਾਈਨ ਨੰਬਰ ਦੇ ਥਰੂ ਅਗਰ ਤੁਸੀਂ ਕੰਟੈਕਟ ਕਰਦੇ ਹੋ, ਸਾਡੇ 6 ਸੈਂਟਰਸ ਨੇ USA ਦੇ ਅੰਦਰ, ਉਹਨਾਂ ਸਾਰਿਆਂ 'ਚ ਸਾਡੀਆਂ ਦਵਾਈਆਂ ਅਵੇਲੇਬਲ ਨੇ, 48 hours 'ਚ ਜਿਹੜੀਆਂ ਮੈਡੀਸਿਨ ਉਹ ਡਿਲੀਵਰ ਹੋ ਜਾਂਦੀ ਹੈ ਜੀ, ਤੁਸੀਂ ਬੜੀ ਈਜ਼ੀਲੀ ਲੈ ਸਕਦੇ ਹੋ। ਅਗਲੀ ਕਾਲ ਲੈਣੇ ਜੀ। ਹੈਲੋ ਸੀਤਲੀ ਗਰਮ ਜ਼ੁਬਾਨ ਬਾਹਰ ਕੱਢ ਕੇ ਲੰਬਾ ਸਾਹ ਅੰਦਰ ਖਿੱਚਿਆ ਕਰਨਾ ਵਾ ਇਸ ਤਰੀਕੇ ਨਾਲ, ਇਹਨੂੰ ਕਹਿੰਦੇ ਆਪਾਂ ਸੀਤਲੀ ਗਰਮ। ਇਹ ਯੋਗਾ ਦੀ ਇੱਕ ਪ੍ਰਕਿਰਿਆ ਵਾ, ਤੁਸੀਂ ਮੇਰੇ ਯੂਟਿਊਬ ਚੈਨਲ 'ਤੇ ਵੀ ਦੇਖ ਸਕਦੇ ਹੋ। ਜੇ ਤੁਸੀਂ ਸੀਤਲੀਕਰਨ ਤਕਰੀਬਨ ਦਿਨ 'ਚ 10 minutes ਤੋਂ ਲੈ ਕੇ 15 minutes ਦੀ ਗੱਲ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਸੀਂ ਦੇਖੋਗੇ BP ਤੁਹਾਡਾ 20 to 30 ਪੁਆਇੰਟ ਘੱਟ ਜਾਏਗਾ ਅਤੇ ਪੈਰ ਵੀ ਘੱਟ ਮਚਿਆ ਕਰਨਗੇ। ਤੁਸੀਂ ਇਹ ਦੋਨੋਂ ਚੀਜ਼ਾਂ ਸ਼ੁਰੂ ਕਰੋ, ਇਹਦੇ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਗਲੀ ਕਾਲ ਲੈਣੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਜਗਤਾਰ ਜਗਤਾਰ ਜੱਗੀ ਜੀ ਬੇਟਾ ਜੀ, ਸਤਿ ਸ਼੍ਰੀ ਅਕਾਲ ਜੀ। ਜਿੰਦੇ ਰਹੋ। ਮੈਂ ਸੁਰਿੰਦਰ ਕੌਰ ਬੋਲਦੀ ਆ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਹਨਾ BP ਬਹੁਤ ਵੱਧ ਆਇਆ ਜੀ। ਠੀਕ ਹੈ ਜੀ, ਤੁਸੀਂ BP ਵਾਸਤੇ ਜਿਹੜਾ ਵੱਧ ਰਿਹਾ, ਕੋਈ ਅੰਗਰੇਜ਼ੀ ਦਵਾਈ ਵਗੈਰਾ ਲੈ ਰਹੇ ਹੋ, ਕੋਈ ਮੈਡੀਸਿਨ ਵੀ ਚੱਲ ਰਹੀ ਹੈ ਤੁਹਾਡੀ? ਹਾਂਜੀ। ਤੇ ਉਹ ਖਾਣ ਤੋਂ ਬਾਅਦ ਕੰਟਰੋਲ ਚ ਰਿਹਾ ਕਿ ਖਾਣ ਦੇ ਬਾਵਜੂਦ ਵੀ ਵਾਧਾ ਪਿਆ ਹੋਇਆ? ਖਾਣ ਤੋਂ ਬਾਅਦ ਵੀ ਵੱਧ ਜਾਂਦਾ ਹੈ ਜੀ। ਇੱਕ ਤਾਂ ਤੁਸੀਂ ਆਪਣੀ ਡਾਈਟ 'ਚ ਥੋੜ੍ਹਾ ਜਿਹਾ ਨਮਕ ਘਟਾਓ, ਇੱਕ ਕੋਸ਼ਿਸ਼ ਕਰੋ ਸੀਤਲੀ ਗਰਮ, ਹੁਣੇ ਜਿਸ ਤਰ੍ਹਾਂ ਗਾਈਡ ਕੀਤਾ ਸੀ, ਜ਼ੁਬਾਨ ਬਾਹਰ ਕੱਢ ਕੇ ਲੰਬਾ ਸਾਹ ਆਪਾਂ ਅੰਦਰ ਖਿੱਚਣਾ ਸੀਤਲੀ ਗਰਮ, ਬੜਾ ਸਿੰਪਲ ਹੈ, ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ ਵਾਂ, ਇਸ ਤਰੀਕੇ ਦੇ ਨਾਲ ਇੱਕ ਸੀਤਲੀ ਗਰਮ ਕਰਿਆ ਕਰਨਾ ਵਾ ਆਪਾਂ। ਤੇ ਤੀਜੀ ਚੀਜ਼ ਸਾਹਿਬ, ਮੇਰਾ ਲੱਤ ਬਹੁਤ ਦੁਖਦਾ ਨਾਲ, ਮੇਰੀ ਲੱਤ 'ਚ ਬੜੀ ਦਰਦ ਹੋ ਰਹੀ ਆ, ਬਹੁਤ ਖੋ ਨਹੀਂ ਰਹੀ ਮੇਰੇ ਕੋਲੋਂ। ਲੱਕ ਵਾਸਤੇ ਜੀ ਤੁਸੀਂ ਕੋਸ਼ਿਸ਼ ਕਰੋ ਕਿ ਕੱਪੜੇ 'ਚ ਅਜਵੈਨ ਬੰਨ ਕੇ ਨਾ ਮਾੜਾ ਜਿਹਾ ਉਹਦੀ ਸਿਕਾਈ ਸ਼ੁਰੂ ਕਰੋ, ਤੁਸੀਂ ਥੋੜ੍ਹਾ ਜਿਹਾ ਮਿੱਠਾ ਤੇਲ ਲਾ ਲਓ ਪਹਿਲੇ, ਜਿਹਨੂੰ ਆਪਾਂ ਤਿਲ ਦਾ ਤੇਲ ਕਹਿੰਦੇ ਹਾਂ, ਉਹਦੇ ਉੱਪਰੋਂ ਤੁਸੀਂ
ਇੱਕ ਅਜਵਾਇਣ ਦੀ ਸਿਕਾਈ ਸ਼ੁਰੂ ਕਰੋ, ਕੱਪੜੇ 'ਚ ਅਜਵਾਇਣ ਬੰਨੀ ਹੈ ਅਤੇ ਕੋਸਾ ਕੋਸਾ ਕਰਕੇ ਉਹਦੀ ਆਪਾਂ ਸਿਕਾਈ ਕਰਨੀ, ਤੁਹਾਨੂੰ ਕਾਫੀ ਫਾਇਦਾ ਮਿਲੇਗਾ ਤੁਹਾਡੀ ਦਰਦ ਨਾਲ, ਲੱਕ ਦੀ ਉਹਦੇ ਨਾਲ। ਜੀ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਬਹੁਤ ਤੁਹਾਡੀ। ਹੈਲੋ, ਸੁਣਦੀ ਹੈ? ਹਾਂਜੀ ਹਾਂ, ਆਵਾਜ਼ ਆ ਰਹੀ ਤੁਹਾਡੀ, ਲਾਈਵ ਕਾਲ ਲੱਗੀ ਜੀ। ਕੌਣ ਸਾਹਿਬ ਬੋਲੇ ਜੀ? ਹਾਂਜੀ ਵਾਰੀ ਆਈ ਜੀ, ਵਾਰੀ ਆ ਗਈ ਜੀ। ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਡਾਕਟਰ ਸਾਹਿਬ ਨਾਲ। ਓਕੇ ਇੱਕ ਮਿੰਟ। ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਡਾਕਟਰ ਸਾਹਿਬ ਪੁੱਛਣਾ ਹੈ ਵੀ ਸ਼ੂਗਰ ਦਾ ਕੀ ਕੋਈ ਹੈਗਾ ਪ੍ਰੋਪਰ ਇਲਾਜ ਕਿ ਉਹੀ ਗੋਲੀਆਂ ਖਾਈ ਆ ਤਾਂ ਬਸ ਬੈਠੇ ਰਹੋ? ਦੇਖੋ ਅਗਰ ਸ਼ੂਗਰ ਨਵੀਂ ਹੈ ਜੀ, ਹੋਏ ਹੋਏ ਸਾਲ ਦੋ ਸਾਲ ਹੋਏ ਹੋਣ, ਬਹੁਤ ਪੁਰਾਣੀ ਨਾ ਹੋਈਏ, ਫਿਰ ਬੰਦੇ ਦੀ ਦਵਾਈ ਪੂਰੀ ਛੁੱਟ ਵੀ ਸਕਦੀ ਹੁੰਦੀ ਹੈ। ਸ਼ੂਗਰ ਆਪਾਂ ਨੂੰ ਬਹੁਤ ਹੈ ਜੀ, ਸ਼ੂਗਰ ਦਾ ਟੀਕਾ ਵੀ ਲਾਉਂਦੇ ਹਾਂ, ਗੋਲੀਆਂ ਵੀ ਖਾਂਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਕੋਈ ਸਿਰੇ ਨਹੀਂ ਲੱਗਦੀ ਗੱਲ। ਅਗਰ ਤੁਸੀਂ ਟੀਕਾ ਵੀ ਲਾ ਰਹੇ ਹੋ ਜੀ ਤਾਂ ਫਿਰ ਆਪਾਂ ਜਦੋਂ ਤੁਹਾਡਾ ਇਲਾਜ ਸ਼ੁਰੂ ਕਰਾਂਗੇ, ਗਾਈਡਲਾਈਨਸ ਦੇਵਾਂਗੇ, ਸਭ ਤੋਂ ਪਹਿਲੇ ਕੋਸ਼ਿਸ਼ ਰਹੇਗੀ ਕਿ ਤੁਹਾਡਾ ਟੀਕਾ ਛੁੱਟ ਜਾਵੇ, ਤੁਸੀਂ ਇੰਸੂਲਿਨ ਦੀ ਜਗ੍ਹਾ ਦੇ ਉੱਪਰ ਟੈਬਲੇਟਸ ਉੱਪਰ ਆ ਜਾਓ। ਮੈਂ ਪ੍ਰੋਮਿਸ ਤਾਂ ਨਹੀਂ ਕਰ ਸਕਦਾ ਕਿ ਤੁਹਾਡਾ ਸਭ ਕੁਝ ਹੀ ਛੁੱਟ ਜਾਏਗਾ, ਕਿ ਬਿਲਕੁਲ ਗੋਲੀਆਂ ਵੀ ਛੁੱਟਣ, ਕਿਉਂਕਿ ਅਗਰ ਇੰਸੂਲਿਨ ਸ਼ੁਰੂ ਹੋ ਚੁੱਕੀ ਹੈ ਤਾਂ ਮਤਲਬ ਸ਼ੂਗਰ ਤਾਂ ਹੁਣ ਥੋੜ੍ਹੀ ਪੁਰਾਣੀ ਹੋ ਗਈ ਹੈ ਤੁਹਾਨੂੰ, ਇਕਦਮ ਇੰਸੂਲਿਨ ਸ਼ੁਰੂ ਹੋ ਗਈ। ਹੁਣ ਆਪਾਂ ਤੁਹਾਡੀ ਇੰਸੂਲਿਨ ਛੁਡਵਾ ਸਕਦੇ ਹਾਂ ਅਤੇ ਐਲੋਪੈਥਿਕ ਦਵਾਈ ਤੋਂ ਤੁਹਾਡਾ ਛੁਟਕਾਰਾ ਕਰਵਾ। ਕੀ ਕਰਨ, ਤੁਹਾਨੂੰ ਫੋਨ ਕਰਨ ਜੀ ਦੂਏ ਨੰਬਰ 'ਤੇ ਜਿਹੜਾ ਹੈਗਾ ਕਦੋਂ? ਹਾਂਜੀ ਤੁਸੀਂ ਹੈਲਪਲਾਈਨ ਨੰਬਰ ਦੇ ਉੱਪਰ ਇੱਕ ਵਾਰੀ ਕੋਸ਼ਿਸ਼ ਕਰੋ ਜੀ, ਆਪਣੀਆਂ ਜਿਹੜੀਆਂ ਦਵਾਈਆਂ ਚੱਲਦੀਆਂ ਨੇ ਉਹ ਅਤੇ ਰਿਪੋਰਟਸ ਫਾਰਵਰਡ ਕਰੋ, ਤਾਂ ਕਿ ਸਾਡੀ ਟੀਮ ਤੁਹਾਨੂੰ ਪ੍ਰੋਪਰ ਗਾਈਡ ਕਰ ਸਕੇ ਇਹਦੇ ਬਾਰੇ 'ਚ, ਅਤੇ ਵਾਕ ਜ਼ਰੂਰ ਕਰਿਆ ਕਰੋ ਜੀ। ਵਾਕ ਵੀ ਕਰੀ ਦੀ ਆ ਪਰ ਵਾਕ ਨਾਲ ਕੋਈ ਇੰਨਾ ਫਰਕ ਨਹੀਂ ਪੈਂਦਾ। ਵਾਕ ਤੁਸੀਂ ਕਰਨੀ ਹੈ ਜੀ ਲੰਬੇ ਸਾਹ ਲੈਂਦੇ ਹੋਏ, ਲੰਬੇ ਸਾਹ ਲੈਂਦੇ ਹੋਏ ਵਾਕ ਕਰਨੀ ਹੈ, ਸਾਹ ਹੌਲੀ ਨਹੀਂ ਲੈਣੇ ਉਹਦੇ 'ਚ, ਡੀਪ ਬਰੀਥਿੰਗ ਕਰਦੇ ਹੋਏ ਵਾਕ ਕਰੋਗੇ ਨਾ, ਫਿਰ ਤੁਹਾਨੂੰ ਸ਼ੂਗਰ 'ਚ ਫਾਇਦਾ ਕਰੇਗਾ ਜੀ। ਬਾਕੀ ਤੁਸੀਂ ਕਾਲ ਕਰ ਲਓ ਜੀ ਡਾਕਟਰ ਸਾਹਿਬ ਨੂੰ ਉਹਨਾਂ ਦੇ ਨੰਬਰ 'ਤੇ, ਅਤੇ ਤੁਹਾਡੇ ਨਾਲ ਗੱਲਬਾਤ ਕਰ ਲੈਣਗੇ। ਇਹਨਾਂ ਦਾ ਕੋਈ ਵੀ ਜਿਹੜਾ ਬੰਦਾ ਹੋਏਗਾ ਗੱਲ ਕਰੇਗਾ ਜੀ ਤੁਹਾਡੇ ਨਾਲ। ਡਾਕਟਰ ਸਾਹਿਬ ਲਾਈਨਾਂ ਦੇਖੋ ਜੀ, ਦੀਵਾਲੀ ਵਾਂਗੂ ਫਲੈਸ਼ ਕਰ ਰਹੀਆਂ, ਔਰ ਸਾਡੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਜਸ ਪੰਜਾਬੀ ਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਨਾਲ ਦੀ ਨਾਲ ਸਮੱਸਿਆਵਾਂ ਕਿੰਨੀਆਂ ਨੇ ਸਾਡੀਆਂ ਇੱਥੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੈ, ਮੈਨੂੰ ਕੱਟਣੀ ਪਏਗੀ, ਨਹੀਂ ਤਾਂ ਗੱਲ ਕਰੋ। ਹੈਲੋ ਹੈਲੋ, ਧਿਆਨ ਫੋਨ ਵੱਲ ਨਹੀਂ ਹੈ ਜੀ, ਸੋ ਧਿਆਨ ਫੋਨ ਵੱਲ ਕਰਨਾ ਪੈਣਾ ਦੁਬਾਰਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਪੁੱਛੋ ਜੀ, ਡਾਕਟਰ ਸਾਹਿਬ ਨੂੰ ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੋਸ਼ਿਸ਼ ਕਰੋ ਤਿੱਖੀਆਂ ਚੀਜ਼ਾਂ, ਮਿਰਚਾਂ ਵਾਲੀ ਚੀਜ਼ਾਂ ਥੋੜੀਆਂ ਘਟਾਓ, ਰਾਤੀ ਸੌਣ ਲੱਗਿਆ ਥੋੜਾ ਗਰਮ ਪਾਣੀ ਜ਼ਰੂਰ ਪੀਓ, ਇੱਕ ਇਸਬਗੋਲ ਤੁਹਾਨੂੰ ਇੱਥੋਂ ਵੀ ਮਿਲ ਜਾਏਗਾ, ਮੈਂ ਦੇਖਿਆ ਅਵੇਲੇਬਲ ਹੈ ਇੱਥੇ, ਜਿਹੜਾ ਸੈਲੀਅਮ ਹਸਕ ਹੁੰਦੀ ਹੈ ਇਸਬਗੋਲ, ਇਸਬਗੋਲ ਦਾ ਛਿਲਕਾ ਕੋਸ਼ਿਸ਼ ਕਰੋ, ਸੌਣ ਲੱਗਿਆ ਤੁਸੀਂ ਦੋ ਕੁ ਚਮਚੇ ਜ਼ਰੂਰ ਲੈ ਲਿਆ ਕਰੋ। ਜਦੋਂ ਤੁਸੀਂ ਆਪਣੀ ਪੇਟ ਨੂੰ ਥੋੜ੍ਹਾ ਬੈਟਰ ਰੱਖੋਗੇ, ਆਟੋਮੈਟਿਕਲੀ ਤੁਸੀਂ ਦੇਖੋਗੇ ਜਿਹੜੀ ਤੁਹਾਡੀ ਖੱਬੀ ਬਾਂਹ ਭਾਰੀ ਰਹਿ ਰਹੀ ਨਾ ਜੀ, ਉਹ ਘੱਟ ਜਾਏਗੀ ਜੀ। ਬਹੁਤ ਮਿਹਰਬਾਨੀ ਜੀ, ਅਗਲੀ ਕਾਲ ਲੈਂਦੇ ਹਾਂ, ਕਾਲਾਂ ਵਿੱਚੋਂ ਕੁਛ ਡਰਾਪ ਵੀ ਹੋ ਰਹੀਆਂ ਨੇ ਜੀ, ਮਾਫ਼ੀ ਚਾਹੁੰਦੇ ਹਾਂ, ਪਰ ਫਿਰ ਵੀ ਦੁਬਾਰਾ ਕਾਲ ਕਰ ਸਕਦੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ, ਟੀਵੀ ਦੀ ਆਵਾਜ਼ ਘੱਟ ਕਰਕੇ ਤੇ ਗੱਲ ਕਰੋ ਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ, ਮੇਰੇ ਹਸਬੈਂਡ ਦਾ ਲੈਫਟ ਫੁੱਟ ਤੇ ਗਾਊਟ ਆ, ਉਹ ਦੋ ਤਿੰਨ ਮਹੀਨੇ ਤੋਂ ਸਟਿਲ ਇੱਦਾਂ ਹੀ ਸਵੈਲਿੰਗ ਬਹੁਤ ਰਹਿੰਦੀ ਆ ਤੇ ਪੇਨ ਬਹੁਤ ਕਰਦਾ ਆ। ਗਾਊਟ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਪਰ ਉਹ ਦਵਾਈ ਖਾਂਦੇ ਖਾਂਦੇ ਫੇਰ ਮੁੜ ਕੇ ਫਲੇਅਰ ਅਪ ਹੋ ਜਾਂਦਾ ਆ। ਦੇਖੋ ਗਾਊਟ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਗਾਊਟ ਦੇ ਅੰਦਰ ਇੱਕ ਕੰਮ ਤੇ ਹੈ ਯੂਰਿਕ ਐਸਿਡ ਨੂੰ ਸਰੀਰ ਤੋਂ ਬਾਹਰ ਕੱਢਣਾ, ਜਿਹੜਾ ਕਿ ਤੁਸੀਂ ਨਾਰਮਲ ਜਿਹੜੀ ਜ਼ਾਇਲੋਰੀ ਜਾਂ ਫੈਬੂਟਾਸ ਵਗੈਰਾ ਦੇ ਰਹੇ ਹੋਗੇ ਉਹ ਕੱਢਦੀਆਂ ਨੇ। ਦੂਜਾ ਮਕਸਦ ਹੈ ਯੂਰਿਕ ਐਸਿਡ ਬਣਨ ਤੋਂ ਰੋਕਣਾ, ਕਿਉਂਕਿ ਅਕਸਰ ਗਾਊਟ ਵਾਲੇ ਪੇਸ਼ੈਂਟ ਨੂੰ ਕਹਿ ਤਾਂ ਇਹਦਾ ਹੀ ਪ੍ਰੋਟੀਨ ਘੱਟ ਖਾਓ ਤੁਸੀਂ। ਹੁਣ ਦੇਖੋ ਪ੍ਰੋਟੀਨ ਸਰੀਰ ਵਾਸਤੇ ਜ਼ਰੂਰੀ ਵੀ ਤਾਂ ਹੈ, ਪ੍ਰੋਟੀਨ ਨੂੰ ਕੰਟਰੋਲ ਕਰਕੇ ਗਾਊਟ ਨੂੰ ਕੰਟਰੋਲ ਕੀਤਾ ਜਾਂਦਾ ਵੈ। ਗਿਲੋਏ ਇੱਕ ਐਸੀ ਜੜੀ ਬੂਟੀ ਹੈ, ਗਿਲੋਏ ਜਿਹੜੀ ਅੱਜ ਦੀ ਡੇਟ 'ਚ ਆਪਾਂ ਇਮਿਊਨ ਸਿਸਟਮ ਨੂੰ ਵਧਾਉਣ ਵਾਸਤੇ ਖਾਂਦੇ ਹਾਂ, ਜਿਹੜੀ ਕਿ ਅਗਰ ਇੱਕ ਮਹੀਨੇ ਵਾਸਤੇ ਲਗਾਤਾਰ ਲਿੱਤੀ ਜਾਏ ਯੂਰਿਕ ਐਸਿਡ ਬੰਨਾ ਘੱਟ ਜਾਂਦਾ ਵੈ। ਤੁਸੀਂ ਕੋਸ਼ਿਸ਼ ਕਰੋ ਉਹਨਾਂ ਨੂੰ ਗਿਲੋਏ ਸਟਾਰਟ ਕਰਾਓ ਜੀ। ਗਿਲੋਏ ਗਿਲੋਏ ਦੇ ਬਾਰੇ 'ਚ ਇੱਕ ਸ਼ਾਸਤਰਾਂ 'ਤੇ ਸ਼ਲੋਕ ਆਉਂਦਾ ਵੈ, ਗੁੜੁੱਚਿਆ ਸੁਰਸਮ ਵਾ ਕਲਕਮ ਵਾ ਕੁਆਥ ਮੇਵ ਵਾ ਪ੍ਰਭੂਤ ਕਾਲ ਮਾਸੇਨ ਪ੍ਰਯੋਜਿਆ ਤਜਗਿਆਮ ਵਾ ਚੋਣਿਤਮ, ਕਿ ਗਿਲੋਏ ਦਾ ਭਾਵੇਂ ਚੂਰਨ ਖਾ ਲਓ, ਰਸ ਪੀ ਲਓ, ਕਾੜਾ ਪੀ ਲਓ, ਕਿਸੇ ਵੀ ਤਰੀਕੇ ਨਾਲ ਜੇ ਗਿਲੋਏ ਇੱਕ ਮਹੀਨਾ ਵੀ ਲਗਾਤਾਰ ਲਿੱਤੀ ਜਾਏ ਤੇ ਯੂਰਿਕ ਐਸਿਡ ਵਧਣ ਵਾਲੇ ਮਰੀਜ਼ ਨੂੰ ਬਹੁਤ ਹੀ ਫਾਇਦਾ ਕਰਦੀ ਹੈ ਜੀ ਉਹ। ਜੀ ਮਿਹਰਬਾਨੀ, ਬਾਕੀ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰ ਲਿਓ, ਉਹਨਾਂ ਦੇ ਨੰਬਰ ਕਿਹੜੇ ਆ ਸਕਰੀਨ ਤੇ,
हेलो हाँ जी कॉल लाइव लगी है जी शायद चावला कॉल लाइव लगी हेलो लो फटाफट लगी लगी जी लगी कॉल हेलो हाँ जी सत श्री अकाल जी करो गल डॉक्टर साहब ना सत श्री अकाल जी हाँ सत श्री अकाल जी मैं अपना कैलिफोर्निया तो बोल रही हूं ते पूछना सी कि तकरीबन 1.5 महीना होने लगा है मेनू कांस्टेंट सिर दर्द रहती है और आइबुप्रोफेन ते ए टाइलेनोल वगैरह खा क्योंकि थोड़ा जिहा फर्क पैंदा है फिर उस तरह दर्द नाल सौंदियां दर्द नाल उठनियां बड़ी वीकनेस जी फील हुंदी है नहीं जी लगातार सिर दर्द रहना एक चंगी गल नहीं है एक ते अपना बीपी चेक करवाओ बीपी थोड़ा ठीक रहिंदा होना चाहिए बीपी ठीक हुंदा है और सिटी स्कैन होया वो भी ठीक है अगर थोड़ा एमआरआई दी हां अगर थोड़ा बीपी भी ठीक है सिटी स्कैन भी ठीक है एदा मतलब है कि किते ना किते बॉडी च सेरोटोनिन दा लेवल घटया है जिदे करके आ दर्द हो रही है ਤੁਸੀਂ ਕੋਸ਼ਿਸ਼ ਕਰੋ ਜੀ ਕਿ ਮੈਡੀਸਿਨ ਆਉਂਦੀ ਹੈ ਸਿਫੈਲੇਗੋ ਨਾਮ ਤੋਂ ਸਿਫੈਲੇਗੋ ਇਹਦੇ ਚ ਉਸ ਤਖਦੂਸ ਜਟਾਮਾਨਸੀ ਇਹੋ ਜਿਹੇ ਕੁਝ ਹਰਬਸ ਪਈਆਂ ਹੋਈਆਂ ਨੇ ਮੈਂ ਚਾਹਾਂਗਾ ਤੁਸੀਂ ਇੱਕ ਤੇ ਇਹ ਇਸਤੇਮਾਲ ਕਰੋ ਦੂਸਰਾ ਬਾਦਾਮ ਰੋਗਨ ਦੀਆਂ ਥੋੜੀਆਂ ਡ੍ਰੌਪਸ ਬਾਦਾਮ ਰੋਗਨ ਇੱਥੇ ਅਵੇਲੇਬਲ ਹੈ ਤੁਸੀਂ ਆਪਣੇ ਨੱਕ 'ਚ ਪਾਉਣਾ ਸ਼ੁਰੂ ਕਰੋ ਆਪਣੀ ਸਲੀਪ ਨੂੰ ਜ਼ਰੂਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਬਾਦਾਮ ਰੋਗਨ ਨੱਕ 'ਚ ਤੇ ਦੂਸਰਾ ਸਿਫੈਲੇਗੋ ਸਿਫੈਲੇਗੋ ਤੁਸੀਂ ਯੂਜ਼ ਕਰ ਸਕਦੇ ਕਿਹੜੀ ਜਗ੍ਹਾ ਤੋਂ ਮਿਲੇਗੀ ਡਾਕਟਰ ਸਾਹਿਬ ਇਹ ਵੀ ਦੱਸ ਦਿਓ ਸਿਫੈਲੇਗੋ ਜਿਹੜਾ ਕੈਲੀਫੋਰਨੀਆ 'ਚ ਤੁਸੀਂ ਹੈਵਰਡ ਅੰਦਰ ਸਾਡਾ ਦੂਨ ਸਰਕਲ ਦੇ ਅੰਦਰ ਸੈਂਟਰ ਵੀ ਹੈ ਤੁਹਾਨੂੰ ਉੱਥੋਂ ਮਿਲ ਜਾਏਗੀ ਜੀ ਅਸ਼ਵਗੰਧਾ ਕੈਪਸੂਲ ਵੀ ਤੁਸੀਂ ਲੈ ਸਕਦੇ ਹੋ ਅਸ਼ਵਗੰਧਾ ਤੁਸੀਂ ਵੈਸੇ ਪਾਊਡਰ ਵੀ ਖਾ ਸਕਦੇ ਹੋ ਉਹ ਵੀ ਤੁਹਾਡੇ ਵਾਸਤੇ ਬਹੁਤ ਹੀ ਚੰਗਾ ਜੀ ਹੈਡੇਕ ਵਾਸਤੇ ਜੀ ਚਲੋ ਬੜੀ ਮਿਹਰਬਾਨੀ ਜੀ ਅਗਲੀ ਕਾਲ ਲੈਣੇ ਡਾਕਟਰ ਸਾਹਿਬ ਬਾਕੀ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਕੋਈ ਗੱਲਬਾਤ ਕਰਨੀ ਹੋ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਜਿਹੜਾ ਫਲੈਸ਼ ਕਰ ਰਿਹਾ ਲੰਬਾ ਸਮਾਂ ਉਹਨਾਂ ਤੇ ਗੱਲਬਾਤ ਕਰ ਸਕਦੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜੀ ਡਾਕਟਰ ਸਾਹਿਬ ਹੋਰ ਮਿਲਣਾ ਉਹਨਾਂ ਨਾਲ ਗੱਲ ਕਰਨੀ ਚਾਹੁੰਦੀ ਹਾਂ ਜੀ ਡਾਕਟਰ ਸਾਹਿਬ ਕਰ ਰਹੇ ਨੇ ਗੱਲ ਤੁਸੀਂ ਕਰੋ ਆਪਣਾ ਸਵਾਲ ਟੀਵੀ ਦੀ ਆਵਾਜ਼ ਘੱਟ ਕਰਕੇ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੈਂ ਆਪਣੇ ਮੈਨੂੰ ਥਾਇਰੋਇਡ ਆ ਤੇ ਮੈਂ ਮੈਡੀਸਨ ਲੈ ਰਹੀ ਹਾਂ 4-5 ਸਾਲ ਤੋਂ ਹਾਂਜੀ ਹਾਂਜੀ ਤੇ ਮਤਲਬ ਇਹਦਾ ਕੋਈ ਪੱਕਾ ਇਲਾਜ ਹੈ ਬਿਲਕੁਲ ਜੀ ਪੱਕਾ ਇਲਾਜ ਹੈ ਤੁਸੀਂ ਇੱਕ ਤੇ ਸ਼ੁਰੂ ਕਰੋ ਪਿਆਜ਼ ਦੇ ਬੀਜ ਜਿਹਨੂੰ ਆਪਾਂ ਕਲੌਂਜੀ ਕਹਿੰਦੇ ਆ ਕਲੌਂਜੀ ਇੱਕ ਬੜੀ ਰਾਮਬਾਨ ਦਵਾਈ ਹੈ ਜੀ ਥਾਇਰੋਇਡ ਨੂੰ ਠੀਕ ਕਰਨ ਵਾਸਤੇ ਕਿਉਂਕਿ ਦੇਖੋ ਤੁਸੀਂ ਜਿਹੜੀ ਦਵਾਈ ਖਾ ਰਹੇ ਹੋ ਥਾਇਰੋਨੋਮ ਜਾਂ ਐਲਟ੍ਰੋਕਸਿਨ ਹੁਣ ਆਪਾਂ ਸਰੀਰ ਨੂੰ ਬਾਹਰੋਂ ਥਾਇਰੋਇਡ ਹਾਰਮੋਨ ਦੇ ਰਹੇ ਹਾਂ ਜਦਕਿ ਚਾਹੀਦਾ ਤੇ ਹੈ ਕਿ ਆਪਾਂ ਆਪਣੇ ਥਾਇਰੋਇਡ ਗਲੈਂਡ ਨੂੰ ਠੀਕ ਕਰੀਏ ਉਹ ਜਿਹੜਾ ਵਾ ਹਾਰਮੋਨ ਪੂਰਾ ਪੈਦਾ ਕਰੇ ਤੁਸੀਂ ਇੱਕ ਤੇ ਕਲੌਂਜੀ ਸ਼ੁਰੂ ਕਰੋ ਜੀ ਦੂਜਾ ਜੇ ਤੁਸੀਂ ਜ਼ਿਆਦਾ ਤੰਗ ਹੋ ਤੇ ਆਪਾਂ ਇੱਕ ਸਾਡੀ ਮੈਡੀਸਿਨ ਆਉਂਦੀ ਹੈ ਥਾਇਰੋ ਆਰਮਰ ਕਰਕੇ ਜਿਹੜੀ ਥਾਇਰੋਇਡ ਵਾਸਤੇ ਹੀ ਬਣੀ ਹੋਈ ਹੈ ਤੁਸੀਂ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਕਪਾਲ ਵਾਤੀ ਤੁਸੀਂ ਜ਼ਰੂਰ ਕਰਨੀ ਹੈ ਜੀ ਥਾਇਰੋਇਡ ਵਾਸਤੇ ਕਪਾਲ ਵਾਤੀ ਦਾ ਬਹੁਤ ਫਾਇਦਾ ਵਾ ਉਹ ਜ਼ਰੂਰ ਕਰਿਆ ਕਰੋ ਤੇ ਹਫ਼ਤੇ 'ਚ 2 ਵਾਰੀ ਤੁਸੀਂ ਤਿਲ ਦਾ ਤੇਲ ਲੈ ਕੇ ਆਪਣੀ ਗਰਦਨ ਦੇ ਇੱਥੇ ਥਾਇਰੋਇਡ ਗਲੈਂਡ ਹੁੰਦਾ ਨਾ ਜੀ ਇੱਥੇ ਮਾੜੀ ਮਾੜੀ ਮਾਲਿਸ਼ ਕਰਨੀ ਤਕਰੀਬਨ 10-15 ਮਿੰਟ ਵਾਸਤੇ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਕਰੋ ਲੇਕਿਨ ਆਪਣੀ ਦਵਾਈ ਐਲੋਪੈਥਿਕ ਜਿਹੜੀ ਹੈ ਹੌਲੀ ਹੌਲੀ ਘਟਾਉਣਾ ਤੁਸੀਂ ਆਪਣੀ ਰਿਪੋਰਟਾਂ ਸਾਨੂੰ ਹੈਲਪਲਾਈਨ ਤੇ ਭੇਜ ਸਕਦੇ ਹੋ ਸਾਡੀਆਂ ਆਪਾਂ ਤੁਹਾਡੀ ਹੌਲੀ ਹੌਲੀ ਟੇਪਰ ਡਾਊਨ ਕਰਾਂਗੇ ਝਟਕੇ ਨਾਲ ਆਪਣੀ ਐਲੋਪੈਥਿਕ ਦਵਾਈ ਬੰਦ ਨਾ ਕਰਨਾ ਜੀ ਚਲੋ ਠੀਕ ਆ ਥੈਂਕ ਯੂ ਡਾਕਟਰ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਸੋ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਪੁੱਛਣਾ ਚਾਹੁੰਦੇ ਨੇ ਸਵਾਲ ਸਮਾਂ ਘੱਟ ਹੋਊਗਾ ਅੱਜ ਵੀ ਫਿਰ ਵੀ ਇਹਨਾਂ ਨੂੰ ਇਹਨਾਂ ਦਾ ਨੰਬਰ ਜਿਹੜਾ ਰਹੇ ਉੱਤੇ ਕਾਲ ਕਰ ਲਓ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਲੱਗੀ ਹੋਈ ਹੈ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਈ ਸਤਿ ਸ਼੍ਰੀ ਅਕਾਲ ਆਈ ਸਪੀਕ ਇੰਗਲਿਸ਼ ਐਂਡ ਆਮ ਵਾਚਿੰਗ ਯੋਰ ਲਾਈਵ ਸ਼ੋ ਓਕੇ ਬਟ Yes. But I don't understand what they're saying. I would like to know if y'all can put it in English subtitle to the bottom so I can read it. Yeah, surely. We'll make sure that if we can put some subtitles in English over here in the show. Yeah. And you can ask your questions in English. No problems about it. Okay. Yes, please. Yeah, I want to know... that's what I want to know about. I'm a diabetic. I want to know some... you know, I want to get some information about... diabetic, but I don't understand what they say. See, when we are talking about being diabetic, in case you are diabetic, the foremost thing which Ayurveda says for a diabetes patient is walking. If you are suffering from diabetes, make sure that you are doing walk regularly. That is one part of it. And if we talk about the second thing, there are onion seeds which are available in the market. For diabetes, onion seeds are very good as far as Ayurveda is concerned because they are metabolic correctors. If you are talking about a diabetic patient, our focus should be on repairing the beta cells of pancreas rather than simply controlling the blood sugar. Because if a person is suffering from diabetes, blood sugar can be controlled by a number of medicines. But in the long run,
Diabetes can cause diabetic neuropathy, diabetic nephropathy, diabetic retinopathy. It is these complications of diabetes which we need to prevent ourselves from. What I would like you to do is, our helpline numbers are there on the screen, and all of our doctors are very competent in English and all. So if you can approach us through the helpline numbers, they can give you full details of how and what Ayurveda has in store for you for diabetes. Okay. Yeah. Thank you for calling. Thank you very much. Hello, doctor. So, अगली call आप आपने किन्हीं कारण ले आऊंगी मैंने अपने को. Hello. Hello, जी. सचिकाल जी तो अड़ी call लग गई है live ते करूंगा लो. Hello. सचिकाल जी. जी सचिकाल जी. पूछो सवाल. सचिकाल सर. हाँ जी आठ हमने ना L5 bulging disc का एक साल को. Pardon. ओरा है. L5 bulging disc. ਹਾਂਜੀ 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 ਦੇਖੋ ਜੀ ਜਿਹੜਾ L5 ਬਲਜ ਹੈ ਡਿਸਕ ਦੇ ਅੰਦਰ ਸਭ ਤੋਂ ਕਾਮਨ ਏਰੀਆ ਵੈ ਡਿਸਕ ਬਲਜ ਹੋਣ ਦਾ ਔਰ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਵੈ L5 ਦੇ ਵਿੱਚ ਬਲਜ ਹੋਣ ਦਾ ਉਹ ਹੈ ਵੈ ਕਿ ਵੀ ਇਟ ਕੰਪਰੈਸਿਸ ਦਾ ਸਪਾਈਨਲ ਨਰਵਸ ਦੈਨ ਉਹਦੇ ਕਰਕੇ ਸ਼ਿਆਟਿਕਾ ਜਿਹਨੂੰ ਆਪਾਂ ਆਮ ਭਾਸ਼ਾ 'ਚ ਰੀਹ ਦੀ ਦਰਦ ਵੀ ਕਹਿ ਦਿੰਦੇ ਹਾਂ ਉਹ ਬੜੀ ਕਾਮਨ ਹੋ ਜਾਂਦੀ ਹੈ ਤੁਸੀਂ ਇੱਕ ਤਾਂ ਆਪਣਾ ਪੋਸਚਰ ਥੋੜ੍ਹਾ ਕਰੈਕਟ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਆਪਣੀ ਨਾ ਇੱਕ ਖੜੇ ਹੋਏ ਦੀ ਫੋਟੋ ਸਾਨੂੰ ਖਿੱਚ ਕੇ WhatsApp ਭੇਜ ਸਕਦੇ ਹੋ ਸਾਡੇ ਕੋਲ ਉੱਥੇ ਕ੍ਰਾਇਓ ਪ੍ਰੈਕਟੀਸ਼ਨਰਸ ਹੈਗੇ ਨੇ ਜਿਹੜੇ ਬੰਦੇ ਦੇ ਪੋਸਚਰ ਉੱਪਰ ਕੰਮ ਕਰਦੇ ਨੇ ਆਪਾਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਹਾਡੇ ਖੜੇ ਹੋਣ ਦੇ ਬਹਿਣ ਦੇ ਸਟਾਈਲ 'ਚ ਕੀ ਚੇਂਜ ਆਉਣਾ ਚਾਹੀਦਾ ਵਾ ਦੂਜੀ ਚੀਜ਼ ਜਿਹੜੀ ਤੁਹਾਡੇ ਵਾਸਤੇ ਬਹੁਤ ਚੰਗੀ ਹੋ ਜੀ ਇਹ ਸੁੰਡ ਦਾ ਲੇਪ ਕਰਨਾ ਥੋੜ੍ਹਾ ਜਿਹਾ ਡਰਾਈ ਜਿੰਜਰ ਪਾਊਡਰ ਲਓ ਸੁੰਡ ਬਿਲਕੁਲ ਸਰ ਤੁਸੀਂ ਥੋੜ੍ਹੀ ਸੁੰਡ ਲੈਣੀ ਹੈ ਉਹਦੇ ਥੋੜ੍ਹਾ ਜਿਹਾ ਮਿੱਠਾ ਤੇਲ ਜਿਹੜਾ ਤਿਲ ਦਾ ਤੇਲ ਆ ਉਹ ਮਿਕਸ ਕਰਨਾ ਵਾ ਉਹਦਾ ਇੱਕ ਪੇਸਟ ਅਪਲਾਈ ਕਰਨਾ ਆਪਣੇ L4 L3 L5 ਲੈਵਲ ਤੇ ਸਾਰੇ ਲੰਬਰ ਰੀਜਨ ਦੇ ਅੰਦਰ ਤੁਸੀਂ ਹੋਰ ਫਾਇਦਾ ਚਾਹੁੰਦੇ ਹੋ ਤੇ ਤੁਸੀਂ ਇਸ ਲੇਪ ਦੇ ਉੱਪਰ ਇੱਕ ਕਪੜਾ ਰੱਖ ਸਕਦੇ ਹੋ ਤੇ ਅਜਵਾਇਨ ਅੱਗੇ ਕਪੜੇ 'ਚ ਬੰਨ ਕੇ ਨਾ ਉਹਦੀ ਸਿਕਾਈ ਕਰ ਸਕਦੇ ਹੋ ਪਲੱਸ ਕੁਝ ਐਕਸਰਸਾਈਜ਼ਸ ਨੇ ਜਿਹੜੀਆਂ ਕਿ ਤੁਹਾਡੇ ਵਰਗੇ ਪੇਸ਼ੈਂਟ ਵਾਸਤੇ ਬਹੁਤ ਚੰਗੀਆਂ ਨੇ ਉਹ ਮੇਰੀ ਟੀਮ ਤੁਹਾਨੂੰ ਗਾਈਡ ਕਰੇਗੀ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਨਾ ਆਪਣਾ MRI ਜਾਂ CT ਸਕੈਨ ਤੁਸੀਂ ਜੋ ਵੀ ਕਰਵਾਇਆ ਨਾ ਜੀ ਸਾਡੇ ਹੈਲਪਲਾਈਨ ਤੇ ਇੱਕ ਵਾਰੀ WhatsApp ਕਰ ਦਿਓ ਜਾਂ ਮੇਲ ਕਰ ਦਿਓ ਜੀ ਜੀ ਥੈਂਕ ਯੂ ਜੀ ਕਾਲ ਕਰਨ ਵਾਸਤੇ ਤੁਹਾਡੀ ਬਹੁਤ ਮਿਹਰਬਾਨੀ ਹੈਲੋ ਹਾਂਜੀ ਡਾਕਟਰ ਸਾਹਿਬ ਮੇਰੀ ਵਾਈਫ ਨੂੰ ਅਸਥਮਾ ਆ ਹਾਂਜੀ ਹਾਂਜੀ ਤੇ ਉਹਨਾਂ ਦਾ ਕਿ ਕਦੀ ਉਹਨਾਂ ਸਾਹ ਰੁਕ ਜਾਂਦਾ ਕਦੀ ਜੋ ਬਾਹਰ ਵੀ ਜਾਂਦੇ ਆ ਬਾਹਰ ਵੀ ਜਾਂਦੇ ਉਹ ਬੂਟਿਆਂ ਦੀ ਸਮੈਲ ਆ ਜਾਂਦੀ ਆ ਕਰਨੀ ਹੁੰਦੀ ਆ ਫੇਰ ਵੀ ਸਾਹ ਰੁਕ ਜਾਂਦਾ ਜ਼ਿਆਦਾ ਠੰਡ ਹੁੰਦੀ ਆ ਫੇਰ ਵੀ ਸਾਹ ਰੁਕ ਜਾਂਦਾ ਇਹਦਾ ਮਤਲਬ ਹੈ ਜੀ ਇਹਦਾ ਮਤਲਬ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਨਾ ਜੀ ਉਹਨਾਂ ਨੂੰ ਅਲਰਜੀ ਕੈਸਟਮਾ ਹੋਏਗਾ ਮੈਨੂੰ ਲੱਗ ਰਿਹਾ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਹਨਾਂ ਨੂੰ ਅਲਰਜੀ ਕੈਸਟਮਾ ਉਹ ਰੋਟਾ ਇਨਹੇਲਰ ਲੈ ਰਹੇ ਨੇ ਕਿ ਇਨਹੇਲਰ ਲੈ ਰਹੇ ਨੇ ਕੁਝ ਲੈਂਦੇ ਨੇ ਰੂਟੀਨ ਚੋਂ ਇਨਹੇਲਰ ਜਾਂ ਰੋਟਾ ਇਨਹੇਲਰ ਵਗੈਰਾ ਉਹਨਾਂ ਦੇ ਇਸ ਵੇਲੇ ਚੱਲ ਰਹੇ ਹੋਣਗੇ ਜੀ ਕੋਸ਼ਿਸ਼ ਕਰਨੀ ਹੈ ਕਿ ਚਮਚੇ ਦਾ ਪੰਜਵਾਂ ਹਿੱਸਾ ਉਹਨਾਂ ਨੂੰ ਸਵੇਰੇ ਤੇ ਸ਼ਾਮੀ ਸ਼ੁਰੂ ਕਰਵਾਉਣਾ ਵਾ ਕਾਲੀ ਮਿਰਚ ਤੇ ਮਗਾਂ ਸ਼ਹਿਦ ਚ ਮਿਕਸ ਕਰਕੇ ਦੇ ਸਕਦੇ ਹੋ ਗਰਮ ਪਾਣੀ ਨਾਲ ਦੇ ਸਕਦੇ ਹੋ ਤੁਸੀਂ ਜਦੋਂ ਰੂਟੀਨ ਚ ਉਹਨਾਂ ਨੇ ਦੇਣਾ ਸ਼ੁਰੂ ਕਰੋਗੇ ਨਾ ਜੀ ਉਹਨਾਂ ਦੀ ਜਿਹੜੀ ਲੰਗਸ ਦੀ ਕੈਪੇਬਿਲਟੀ ਆ ਜਿਹੜੀ ਇਲਾਸਟਿਸਿਟੀ ਆ ਉਹ ਵਧੇਗੀ ਉਹਦੇ ਨਾਲ ਇਹ ਹੋ ਜਾਏਗਾ ਕਿ ਉਹਨਾਂ ਦੇ ਜਿਹੜੇ ਅਟੈਕਸ ਦੀ ਸਿਵੈਰਿਟੀ ਆ ਉਹ ਘਟ ਜਾਏਗੀ ਜੀ ਕਾਲ ਕਰਨ ਵਾਸਤੇ ਮਿਹਰਬਾਨੀ ਜੀ ਬਾਕੀ ਫਿਰ ਮੈਂ ਉਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਡਾਕਟਰ ਸਾਹਿਬ ਦੇ ਨੰਬਰ ਜਿਹੜੇ ਸਕਰੀਨ ਤੇ ਆ ਰਹੇ ਉਹਨਾਂ ਤੇ ਗੱਲ ਕਰਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਬੇਟਾ ਆ 24-50 ਦਾ ਹੈ ਉਹਦੇ ਸਿਰ 'ਚ ਖੈਂਸਣੀਆਂ ਬਹੁਤ ਹੁੰਦੀਆਂ ਜੀ ਐਵਰੀ ਮੰਥ ਦੇਖੋ ਜਨਰਲੀ ਜਿਹੜੀ ਤੁਸੀਂ ਏਜ ਦੱਸ ਰਹੇ ਹੋ ਉਸ ਏਜ ਦੇ ਅੰਦਰ ਸਿਰ ਦੇ ਅੰਦਰ ਹੋਣ ਦਾ ਕਾਰਨ ਹੁੰਦਾ ਫੰਗਲ ਇਨਫੈਕਸ਼ਨ ਤੁਹਾਡੇ ਵਾਸਤੇ ਸਭ ਤੋਂ ਈਜ਼ੀ ਚੀਜ਼ ਹੈ ਜਿਹੜੇ ਵੀ ਸਾਡੇ ਡਿਸਇਨਫੈਕਟੈਂਟ ਆਉਂਦੇ ਨੇ ਜਿਸ ਤਰ੍ਹਾਂ ਡਿਟੋਲ ਹੈ ਜਾਂ ਸੈਵਲੋਨ ਹੈ ਕੋਈ ਵੀ ਡਿਸਇਨਫੈਕਟੈਂਟ ਆਉਂਦਾ ਵਾ ਤੁਸੀਂ ਥੋੜ੍ਹਾ ਜਿਹਾ ਸਰੋਂ ਦਾ ਤੇਲ ਲੈਣਾ ਸਰਸੋਂ ਦਾ ਤੇਲ ਇੱਥੇ ਅਵੇਲੇਬਲ ਹੈ ਸਰਸੋਂ ਦਾ ਨਾ ਮਿਲੇ ਰਿਫਾਈਂਡ ਆਇਲ ਲੈ ਸਕਦੇ ਹੋ ਤਕਰੀਬਨ 30 ml ਸਰਸੋਂ ਦੇ ਤੇਲ 'ਚ ਤੁਸੀਂ 5 ml ਪਾਣੀ ਹੈ ਡਿਟੋਲ ਜਾਂ ਸੈਵਲੋਨ ਉਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਫਿਰ ਤੁਸੀਂ ਚਮਚੇ ਦੇ ਨਾਲ
ਹੁਣ ਤੁਸੀਂ ਉਹ ਉਹਨਾਂ ਦੇ ਸਿਰ ਦੇ ਅੰਦਰ ਅਪਲਾਈ ਕਰਨੀ ਹੈ ਸ਼ੈਂਪੂ ਕਰਨ ਤੋਂ ਤਕਰੀਬਨ ਅੱਧਾ ਘੰਟਾ ਪਹਿਲੇ। ਫੰਗਲ ਇਨਫੈਕਸ਼ਨ ਦੂਰ ਕਰਨੀ ਪੈਣੀ ਇਸ ਉਮਰ ਦੇ ਬੱਚਿਆਂ ਚ ਨਾ ਫੰਗਲ ਇਨਫੈਕਸ਼ਨ ਹੁੰਦੀ ਹੈ ਸਕੈਲਪ ਦੀ। ਸਭ ਤੋਂ ਪਹਿਲਾਂ ਤੁਸੀਂ ਇਹ ਟਰਾਈ ਕਰੋ, ਅਗਰ ਨਹੀਂ ਫਰਕ ਪੈਂਦਾ ਕਿਸੇ ਕਰਕੇ ਫਿਰ ਤੁਸੀਂ ਹੈਲਪਲਾਈਨ ਦੇ ਉੱਪਰ ਨਾ ਸਾਨੂੰ ਇੱਕ ਫੋਟੋ ਖਿੱਚ ਕੇ ਭੇਜਣਾ ਉਹਨਾਂ ਦੀ ਸਕੈਲਪ ਦੀ, ਫਿਰ ਸਾਡੀ ਪੂਰੀ ਜਦੋਂ ਵੀ ਹੁੰਦੀਆਂ ਰੈੱਡ ਹੁੰਦੀਆਂ ਬਹੁਤ ਜ਼ਿਆਦੀਆਂ ਇੱਕਦਮ ਸੈਲ ਰੈੱਡ ਹੋ ਜਾਂਦਾ ਹੈ ਤੇ ਉਹਦੇ ਵਿੱਚ ਫਿਰ ਬਾਅਦ ਚ ਖੂਨ ਬਹੁਤ ਨਿਕਲਦਾ ਉੱਚਾ। ਬਿਲਕੁਲ ਜੀ ਬਿਲਕੁਲ, ਜੋ ਤੁਸੀਂ ਦੱਸ ਰਹੇ ਹੋ ਹੈ ਫੰਗਲ ਇਨਫੈਕਸ਼ਨ ਦਾ ਹੀ ਰੀਜ਼ਨ ਹੈ, ਉਹਦਾ ਕਾਰਨ ਫੰਗਲ ਇਨਫੈਕਸ਼ਨ ਹੀ ਹੈ। ਜਦੋਂ ਤੁਸੀਂ ਇਹ ਕਰੋਗੇ ਨਾ ਮੈਂ ਦੱਸਿਆ ਕਾਫੀ ਫਾਇਦਾ ਹੋਏਗਾ, ਫਿਰ ਵੀ ਤੁਸੀਂ ਇੱਕ ਵਾਰੀ ਫੋਟੋ ਖਿੱਚ ਕੇ ਸਾਡੀ ਹੈਲਪਲਾਈਨ ਤੇ ਭੇਜ ਦਿਓ ਤਾਂ ਕਿ ਆਪਾਂ ਹੋਰ ਬੈਟਰ ਅਨਾਲਿਸਿਸ ਕਰ ਸਕੀਏ ਕਿ ਐਗਜ਼ੈਕਟ ਆਪਾਂ ਹੋਰ ਕੀ ਕਰ ਸਕਦੇ ਹਾਂ ਉਹਨਾਂ ਵਾਸਤੇ, ਕਿਉਂਕਿ ਉਹਦੀ ਪੇਨ ਬਹੁਤ ਹੁੰਦੀ ਹੈ ਤੇ ਰੈੱਡ ਹੋ ਜਾਂਦਾ ਇੱਕਦਮ। ਹਾਂਜੀ, ਤੁਸੀਂ ਇਹ ਆਇਲ ਚ ਪਾ ਕੇ ਡਿਟੋਲ ਤੇ ਸ਼ੁਰੂ ਕਰ ਹੀ ਦਿਵੋ ਔਰ ਇੱਕ ਫੋਟੋ ਸਾਨੂੰ ਖਿੱਚ ਕੇ ਭੇਜੋ ਜਰਾ ਉਹਨਾਂ ਦੀ ਸਕੈਲਪ ਦੀ। ਜ਼ਰੂਰ, ਥੈਂਕ ਯੂ, ਮਿਹਰਬਾਨੀ ਡਾਕਟਰ ਸਾਹਿਬ। ਕਾਲਾਂ ਸਾਰੀਆਂ ਹਜੇ ਫਰੈਸ਼ ਕਰ ਰਹੀਆਂ ਨੇ ਔਰ ਅਸੀਂ ਜਿੰਨੀਆਂ ਕਾਲਾਂ ਲੱਗੀਆਂ ਹੋਈਆਂ ਨੇ ਉਹ ਹੋਲਡ ਕਰਕੇ ਰੱਖਿਓ, ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕਰਨ, ਜਾਂ ਫਿਰ ਕੋਈ ਨਾ ਕੋਈ ਡਾਕਟਰ ਸਾਹਿਬ ਦੇ ਆਫਿਸ ਤੋਂ ਤੁਹਾਨੂੰ ਕੰਟੈਕਟ ਕਰਕੇ। ਡਾਕਟਰ ਸਾਹਿਬ ਬਹੁਤ ਜ਼ਰੂਰੀ, ਬਹੁਤ ਵਧੀਆ, ਮਤਲਬ ਇਹ ਦੋ ਚੀਜ਼ਾਂ ਦੀ ਇੱਥੇ ਬਹੁਤ ਵਧੀਆ ਗੱਲ ਪਤਾ ਲੱਗੀ ਹੈ, ਇੱਕ ਜਸ ਪੰਜਾਬੀ ਦੀ, ਇੱਕ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਕਿ ਡਾਕਟਰ ਸਾਹਿਬ ਬਹੁਤ ਵਧੀਆ ਨੇ। ਸੈਕੰਡ ਜਿਹੜਾ ਇਹ ਹੈ ਕਿ ਸਾਡੇ ਵਿੱਚ ਸਮੱਸਿਆਵਾਂ ਪੰਜਾਬੀਆਂ ਦੇ ਵਿੱਚ ਇੱਧਰ ਬਹੁਤ ਜ਼ਿਆਦਾ ਨੇ, ਪਰ ਹੁਣ ਜਿੰਨੇ ਸਾਡੇ ਕੈਨੇਡਾ ਅਮਰੀਕਾ ਦੇ ਵਿੱਚ ਇਸ ਸਮੇਂ ਪ੍ਰੋਗਰਾਮ ਦੇਖ ਰਹੇ ਨੇ ਲੋਕ, ਉਹਨਾਂ ਵਾਸਤੇ ਮੈਂ ਜ਼ਰੂਰ ਤੁਹਾਡੇ ਕੋਲੋਂ ਇਹ ਜਾਣਨਾ ਚਾਹੂੰਗਾ ਕਿ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਕੀ ਜ਼ਰੀਏ ਨੇ, ਕੀ ਕੰਟੈਕਟ ਨੰਬਰ, ਜਾਂ ਕੋਈ ਲੈਂਗੁਏਜ ਦੀ ਪ੍ਰੋਬਲਮ ਤਾਂ ਨਹੀਂ ਉੱਥੇ ਆਉਂਦੀ, ਮਤਲਬ ਪੰਜਾਬੀ ਮੰਨ ਲਓ ਜ਼ਿਆਦਾ ਇੰਗਲਿਸ਼ ਨਹੀਂ ਆਉਂਦੀ, ਉਹ ਫੋਨ ਕਰਦੇ ਨੇ ਉਹਨਾਂ ਨੂੰ ਬਕਾਇਦਾ ਅਟੈਂਡ ਕੀਤਾ ਜਾਊਗਾ, ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਜਵਾਬ ਮਿਲੇਗਾ ਉਹਨਾਂ ਦੀ ਗੱਲ। ਦੇਖੋ ਜੀ, ਪੰਜਾਬ ਦੇ ਬੰਦੇ ਹਾਂ ਆਪਾਂ ਔਰ ਪੰਜਾਬੀ ਤਾਂ ਸਭ ਤੋਂ ਪਹਿਲੇ ਸਾਡੇ ਵਾਸਤੇ ਨੇ, ਸਾਡੇ ਜਿੰਨੇ ਮੈਜੋਰਿਟੀ ਉੱਥੇ ਡਾਕਟਰਸ ਨੇ, ਜਿੰਨੇ ਟੈਲੀਕਾਲਰਸ ਨੇ, ਪੰਜਾਬੀ 'ਚ ਸਾਰੇ ਬਹੁਤ ਅੱਛੇ ਨੇ, ਤੁਸੀਂ ਪ੍ਰੋਪਰ ਕਾਲ ਕਰ ਸਕਦੇ ਹੋ, ਪੰਜਾਬੀ 'ਚ ਗੱਲ ਕਰ ਸਕਦੇ ਹੋ, ਹਿੰਦੀ 'ਚ ਗੱਲ ਕਰ ਸਕਦੇ ਹੋ, ਇੰਗਲਿਸ਼ 'ਚ ਵੀ ਕਿਸੇ ਨੇ ਗੱਲ ਕਰਨੀ ਹੋਈ ਕਰ ਸਕਦੇ ਹੋ, ਔਰ 24/7 24 ਘੰਟੇ 7 ਦਿਨ ਸਾਡੀਆਂ ਹੈਲਪਲਾਈਨਸ ਚੱਲ ਰਹੀਆਂ ਨੇ, ਕਿਸੇ ਵੇਲੇ ਵੀ ਕਾਲ ਕਰ ਸਕਦੇ ਹੋ। ਸਾਡੀ ਮੈਜੋਰਿਟੀ ਮੈਡੀਸਿਨਸ US 'ਚ ਔਰ ਕੈਨੇਡਾ 'ਚ ਅਵੇਲੇਬਲ ਨੇ, ਇਸ ਕਰਕੇ ਕੋਈ ਪ੍ਰੋਬਲਮ ਹੀ ਨਹੀਂ ਹੈ। ਤੁਸੀਂ ਮੰਨ ਲਓ ਗੱਲ ਕੀਤੀ ਔਰ ਸਾਡਾ ਮਕਸਦ ਤੁਹਾਡੇ ਨਾਲ ਗੱਲ ਕਰਕੇ ਦਵਾਈਆਂ ਦੇਣਾ ਨਹੀਂ ਰਹੇਗਾ, ਕਿਉਂਕਿ ਉਹਦਾ ਕੋਈ ਫਾਇਦਾ ਹੀ ਨਹੀਂ ਕਿ ਤੁਸੀਂ ਗੱਲ ਕੀਤੀ ਅਤੇ ਆਪਾਂ ਤੁਹਾਨੂੰ ਦਵਾਈ ਦੱਸਤੀ ਜੀ ਇਹ ਦਵਾਈ ਲੈ ਲਓ, ਨਹੀਂ। ਸਾਡੀ ਪਹਿਲੀ ਕੋਸ਼ਿਸ਼ ਰਹੇਗੀ ਕਿ ਬਿਨਾਂ ਦਵਾਈ ਤੋਂ ਅਗਰ ਆਪਾਂ ਤੁਹਾਨੂੰ ਠੀਕ ਕਰ ਸਕਦੇ ਹਾਂ ਨੈਚੁਰਲ ਰੈਮਡੀਜ਼ ਨਾਲ, ਤਾਂ ਉਹ ਕੀਤਾ ਜਾਏ, ਜ਼ਰੂਰੀ ਹੋਏਗਾ ਤਦ ਹੀ ਆਪਾਂ ਜਿਹੜੀ ਇਹ ਦਵਾਈ ਗਾਈਡ ਕਰਾਂਗੇ ਜੀ। ਜੀ ਡਾਕਟਰ ਸਾਹਿਬ, ਬਾਕੀ ਇਹ ਹੈ ਕਿ ਬਹੁਤ ਵਧੀਆ ਅੱਜ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਡਾਕਟਰ ਸਾਹਿਬ ਇੱਥੇ ਹੀ ਨੇ ਅਮਰੀਕਾ ਦੇ ਵਿੱਚ 16 ਜੂਨ ਤੱਕ, ਇਹ ਹੁਣ ਨਿਊਯਾਰਕ ਜਾਣਗੇ, ਨਿਊਯਾਰਕ ਦੇ ਵਿੱਚ ਵੀ ਇਹਨਾਂ ਦੀ ਐਗਜੀਬਿਸ਼ਨ ਹੈਗੀ, ਨਿਊਯਾਰਕ ਜਸ ਪੰਜਾਬੀ ਦੇ ਸਾਡੇ ਆਫਿਸ ਵੀ ਜ਼ਰੂਰ ਜਾਣਗੇ, ਉੱਥੋਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਨਾਲ ਲਾਈਵ ਤੁਹਾਡੀ ਜਿਹੜੀ ਗੱਲਬਾਤ ਕਰਾ ਸਕੀਏ। ਫਿਲਹਾਲ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਨਾਲ ਗੱਲ ਇੱਥੇ ਲੰਬੀ ਜ਼ਿਆਦਾ ਲਾਈਵ ਪ੍ਰੋਗਰਾਮ ਤੁਹਾਨੂੰ ਪਤਾ ਨਹੀਂ ਹੋ ਸਕਦੀ ਹੁੰਦੀ, ਇਹਨਾਂ ਦੇ ਤੁਸੀਂ ਹੈਲਪਲਾਈਨ ਨੰਬਰ 'ਤੇ ਗੱਲ ਕਰੋਗੇ, ਕਿਸੇ ਵੀ ਲੈਂਗੁਏਜ 'ਚ ਗੱਲ ਕਰਨੀ ਚਾਹੁੰਦੇ ਹੋ, ਪੰਜਾਬੀ 'ਚ, ਇੰਗਲਿਸ਼ 'ਚ, ਚਾਹੇ ਈਵਨ ਹੋਰ ਭਾਰਤ ਦੀਆਂ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚ ਇਹ ਤੁਹਾਨੂੰ ਜਵਾਬ ਜਿਹੜਾ ਹਰ ਤਰ੍ਹਾਂ ਦਾ ਮਿਲੇਗਾ। ਅਗਰ ਫਿਰ ਵੀ ਤੁਹਾਡੇ ਦਿਲ 'ਚ ਹੋਵੇ ਕਿ ਤੁਸੀਂ ਡਾਕਟਰ ਸਾਹਿਬ ਨਾਲ ਹੀ ਗੱਲ ਕਰਨੀ ਹੈ, ਇਹਨਾਂ ਨਾਲ ਕੋਈ ਡਿਸਕਸ ਕਰਨੀ ਹੈ, ਤਾਂ ਤੁਹਾਨੂੰ ਇਹਨਾਂ ਨਾਲ ਵੀ ਉਹ ਗੱਲਬਾਤ ਕਰਾ ਦੇਣਗੇ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੱਥੇ ਅਮਰੀਕਾ 'ਚ ਆਏ, ਫਿਰ ਸਾਡੇ ਟੈਲੀਵਿਜ਼ਨ 'ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਔਰ ਮੈਂ ਕੋਸ਼ਿਸ਼ ਕਰਾਂਗੇ ਜੀ ਜਿਹੜੀਆਂ ਲਾਈਨਾਂ ਫਲੈਸ਼ ਕਰਦੀਆਂ ਨੇ ਅਸੀਂ ਡਾਕਟਰ ਸਾਹਿਬ ਤੁਹਾਡਾ ਔਰ ਫਿਰ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। ਅਤੇ ਬਹੁਤ ਬਹੁਤ ਧੰਨਵਾਦ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ, ਨਾਲ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।